ਸ਼ੇਡਸ ਆਫ ਔਰਤ ਔਰਤ ਦੇ ਰੂਪ ਔਰਤ ਦੇ ਅਨੇਕਾਂ ਰੂਪ ਹੁੰਦੇ ਨੇ ਔਰਤ ਮਾਂ ਵੀ ਹੈ ਧੀ ਵੀ ਹੈ ਭੈਣ ਵੀ ਹੈ ਕਿਸੇ ਦੀ ਪਤਨੀ ਵੀ ਹੈ ਪਰ ਐਸੇ ਦੇ ਨਾਲ ਨਾਲ ਔਰਤ ਨੇ ਹਰ ਖੇਤਰ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਨ ਬਣਾਈ ਹੈ ਚਾਹੇ ਡਾਕਟਰ ਹੋਵੇ ਚਾਹੇ ਕ੍ਰਿਕਟਰ ਹੋਵੇ ਚਾਹੇ ਖੇਡ ਦੇ ਮੈਦਾਨ ਵਿੱਚ ਹੋਵੇ ਜਾਂ ਕਿਸੇ ਵੀ ਫੀਲਡ ਦੇ ਵਿੱਚ ਅਸੀਂ ਗੱਲ ਕਰ ਲਈਏ ਤਾਂ ਔਰਤਾਂ ਨੇ ਆਪਣੀ ਇੱਕ ਵੱਖਰੀ ਪਹਿਚਾਨ ਬਣਾਈ ਹੈ ਸੋ ਸਾਡੇ ਇਸ ਸ਼ੋਅ ਦੇ ਵਿੱਚ ਸ਼ੇਡਸ ਆਫ ਔਮਨ ਦੇ ਵਿੱਚ ਅਸੀਂ ਉਹਨਾਂ ਔਰਤਾਂ ਨਾਲ ਹੀ ਗੱਲ ਕਰਾਂਗੇ ਤੇ ਉਹਨਾਂ ਔਰਤਾਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਆਪਣੀ ਜ਼ਿੰਦਗੀ ਦੀ ਹਰ ਮੁਸ਼ਕਿਲਾਂ ਨੂੰ ਪਾਰ ਕਰਕੇ ਘਰ ਦੇ ਨਾਲ-ਨਾਲ ਬਾਹਰਲੀ ਦੁਨੀਆ ਦੇ ਵਿੱਚ ਵੀ ਆਪਣੀ ਪਛਾਣ ਬਣਾਈ ਹੈ ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਰਨਜੀਤ ਕੌਰ ਜੀ ਦੇ ਨਾਲ ਜਿਨ੍ਹਾਂ ਨੇ ਇੱਕ ਟੀਚਰ ਦਾ ਉਹ ਹੈ ਹੀ ਪਰ ਨਾਲ ਦੀ ਨਾਲ ਉਹ ਸਮਾਜ ਸੇਵਾ ਵੀ ਕਰਦੇ ਨੇ ਸਮਾਜ ਸੇਵਾ ਸਿਰਫ ਕੁੜੀਆਂ ਲਈ ਨਹੀਂ ਬਲਕਿ ਹਰ ਇੱਕ ਤਰ੍ਹਾਂ ਦੀ ਹਰ ਖੇਤਰ ਦੇ ਵਿੱਚ ਉਹ ਕੋਸ਼ਿਸ਼ ਕਰਦੇ ਨੇ ਵੀ ਉਹ ਕਿਸੇ ਤਰੀਕੇ ਨਾਲ ਮਦਦ ਕਰ ਸਕਣ ਸੋ ਇੱਕ ਔਰਤ ਦਾ ਇਹ ਕਦਮ ਚੁੱਕਣਾ ਘਰ ਦੇ ਬਾਹਰ ਆ ਕੇ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਬਹੁਤ ਮਹੱਤਵਪੂਰਨ ਹੈ ਸੋ ਚਲਦੇ ਹਾਂ ਅਕਰਨਜੀਤ ਕੌਰ ਜੀ ਦੇ ਵੱਲ ਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਦਾ ਸਵਾਗਤ ਕਰਦੀ ਹਾਂ ਜੀ ਕਿ ਜੀ ਆਇਆਂ ਨੂੰ ਤੁਸੀਂ ਮੇਰੇ ਕੋਲ ਇੱਥੇ ਪਹੁੰਚੇ ਹੋ ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਮੈਮ ਤੇ ਸਭ ਤੋਂ ਪਹਿਲਾਂ ਤੁਸੀਂ ਕਿਵੇਂ ਸਵਾਰਦੇ ਹੋ ਲੋਕਾਂ ਦੀ ਜ਼ਿੰਦਗੀ ਅ ਮੈਂ ਇੱਕ ਜੀ ਟੀਚਰ ਹਾਂ ਤੇ ਕਹਿੰਦੇ ਨੇ ਕਿ ਅਧਿਆਪਕ ਨੂੰ ਇੱਕ ਬਹੁਤ ਵੱਡਾ ਰੋਲ ਮੰਨਿਆ ਗਿਆ ਹੈ ਜ਼ਿੰਦਗੀ ਦੇ ਵਿੱਚ ਹੈ ਨਾ ਕਿ ਮੇਰੇ ਵੀ ਰੋਲ ਮਾਡਲ ਸੀਗੇ ਤੇ ਮੈਂ ਜਦੋਂ ਮੈਂ ਇਹ ਦੇਖਿਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਨਾ ਜਦੋਂ ਆਪਣੇ ਆਪ ਨੂੰ ਇੱਕ ਪ੍ਰਾਊਡ ਫੀਲ ਕੀਤਾ ਕਿ ਮੈਂ ਇੱਕ ਅਧਿਆਪਕ ਹਾਂ ਜੀ ਜਦੋਂ ਮੈਨੂੰ ਅਧਿਆਪਕ ਸ਼ਬਦ ਸੁਣਨ ਨੂੰ ਮਿਲਿਆ ਤਾਂ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਮੈਂ ਅਧਿਆਪਕ ਦੀ ਉਸ ਲੀਹ ਤੇ ਚੱਲੀ ਆਂ ਅਧਿਆਪਕ ਮਤਲਬ ਕਿ ਇੱਕ ਅਧਿਆਨ ਕਰਨਾ ਇੱਕ ਬੱਚੇ ਦੀ ਜ਼ਿੰਦਗੀ ਸਵਾਰਨਾ ਤੇ ਉਹ ਜ਼ਿੰਦਗੀ ਸਵਾਰਨ ਦੇ ਵਿੱਚ ਤੇ ਜਦੋਂ ਮੈਂ ਦੇਖਿਆ ਸਭ ਤੋਂ ਪਹਿਲਾਂ ਮੈਂ ਕੁੜੀਆਂ ਦੇ ਵੱਲ ਦੇਖਿਆ ਜੀ ਕਹਿੰਦੇ ਨੇ ਕਿ ਕੁੜੀਆਂ ਵਿਹੜੇ ਦੀਆਂ ਰੌਣਕ ਹੁੰਦੀਆਂ ਨੇ ਬਿਲਕੁਲ ਤੇ ਮਾਂ ਪਿਓ ਦੀਆਂ ਲਾਡਲੀਆਂ ਵੀ ਹੁੰਦੀਆਂ ਨੇ ਪਰ ਕੁਝ ਅਜਹਿੀਆਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਕਿ ਜਿਨ੍ਹਾਂ ਵਿੱਚ ਕੁੜੀਆਂ ਵਿੱਚਰ ਜਾਂਦੀਆਂ ਨੇ ਜੜੀਆਂ ਕਿ ਅੱਗੇ ਵਧਣ ਤੋਂ ਰੁਕ ਜਾਂਦੀਆਂ ਨੇ ਕੁਝ ਐਸੇ ਮਜਬੂਰੀਆਂ ਆ ਜਾਂਦੀਆਂ ਨੇ ਤੇ ਮੈਂ ਜੇ ਉਸ ਮਜਬੂਰੀ ਨੂੰ ਮੈਂ ਨਹੀਂ ਚਾਹੁੰਦੀ ਕਿ ਉਹ ਕਿਸੇ ਕੁੜੀ ਦੀ ਮਜਬੂਰੀ ਬਣੇ ਮੈਂ ਉਹ ਸਿੱਖਿਆ ਲੈ ਕੇ ਅੱਗੇ ਵਧੀ ਮੈਂ ਸਭ ਤੋਂ ਪਹਿਲਾਂ ਕੁੜੀਆਂ ਦੇ ਸਿੱਖਿਆ ਨੂੰ ਲੈ ਕੇ ਆਪਣਾ ਕੰਮ ਸ਼ੁਰੂ ਕੀਤਾ ਤੇ ਮੇਰੇ ਨਾਲ ਹੀ ਕੁਝ ਅਜਹਿੀਆਂ ਮੇਰੀ ਪਰਸਨਲ ਲਾਈਫ ਦੇ ਵਿੱਚ ਐਦਾਂ ਦੀਆਂ ਕੁਝ ਘਟਨਾਵਾਂ ਵਾਪਰੀਆਂ ਕਿ ਉਹਦੇ ਵਿੱਚ ਬਹੁਤ ਕੁਝ ਸਫਰ ਵੀ ਕਰਨਾ ਪਿਆ ਜੋ ਸਫਰ ਅਸੀਂ ਕਰਨਾ ਸੀ ਉਹ ਸਫਰ ਮੇਰੀ ਮਦਰ ਨੇ ਕੀਤਾ ਘਟਨਾਵਾਂ ਦੇ ਜਿਵੇਂ ਤੁਸੀਂ ਗੱਲ ਕੀਤੀ ਉਹ ਕਿਹੜੀਆਂ ਘਟਨਾਵਾਂ ਸੀ ਘਟਨਾਵਾਂ ਇਹ ਸੀਗੀਆਂ ਕਿ ਕੁਝ ਜ਼ਿੰਦਗੀ ਦੇ ਕਹਿੰਦੇ ਨਾ ਕਿ ਜੀ ਪੂਰੇ ਪੱਤੇ ਖੋਲੇ ਵੀ ਨਹੀਂ ਜਾਂਦੇ ਆਪਣੀ ਜ਼ਿੰਦਗੀ ਦੇ ਤੇ ਉਹ ਕੁਝ ਇਦਾਂ ਦਾ ਮਤਲਬ ਸਮਾਂ ਸੀ ਜਿਦੇ ਵਿੱਚ ਮਤਲਬ ਵੀ ਸਾਡੀ ਪੜਾਈ ਨੂੰ ਸਫਰ ਕਰਨਾ ਪੈ ਰਿਹਾ ਸੀ ਪਰ ਮੇਰੀ ਮਦਰ ਨੇ ਕਾਫੀ ਸੰਘਰਸ਼ ਕੀਤਾ ਉਹਨਾਂ ਨੇ ਕਾਫੀ ਇਦਾਂ ਕੀਤਾ ਕਿ ਮੇਰੇ ਬੱਚੇ ਕਿਤੇ ਸਫਰ ਨਾ ਕਰਨ ਕਿਉਂਕਿ ਉਹ ਖੁਦ ਪੜੇ ਲਿਖੇ ਨਹੀਂ ਸੀ ਪਰ ਉਹਨਾਂ ਚ ਜज्ਬਾ ਬਹੁਤ ਸੀ ਜੀ ਕਿ ਮੈਂ ਮਤਲਬ ਵੀ ਅਗਰ ਮੈਂ ਇਹ ਕੀਤਾ ਹੁੰਦਾ ਉਹਨਾਂ ਨੂੰ ਮਤਲਬ ਪੜਨ ਦਾ ਬੜਾ ਸ਼ੌਂਕ ਸੀ ਉਹਨਾਂ ਨੇ ਸਿਗਨੇਚਰ ਕਰਨੇ ਵੀ ਸਾਤੋਂ ਸਿੱਖੇ ਸੀਗੇ ਕਿ ਮੈਨੂੰ ਸਿਗਨੇਚਰ ਸਿਖਾਓ ਤੇ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਸਿਗਨੇਚਰ ਕਰਨੇ ਸਿੱਖੇ ਔਰ ਮੈਂ ਹੈਰਾਨ ਕੀ ਉਹਨਾਂ ਨੇ ਮਤਲਬ ਵੀ ਜਦੋਂ ਮੈਂ ਉਹਨਾਂ ਨੂੰ ਸਿਗਨੇਚਰ ਲਿਖ ਕੇ ਦਿੱਤੇ ਉਹਨਾਂ ਦੇ ਤੇ ਉਹਨਾਂ ਨੇ 1 ਮਿੰਟ ਦੇ ਵਿੱਚ ਉਸ ਨੂੰ ਕਾਪੀ ਕਰ ਲਿਆ ਕਹਿੰਦੇ ਨੇ ਵੀ ਸ਼ੌਂਕ ਜੀ ਸੀ ਦਾ ਸ਼ੌਂਕ ਹੋਵੇ ਜਲਦੀ ਕੈਪਚਰ ਦਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਤੇ ਜਦੋਂ ਸਾਡੇ ਮਤਲਬ ਵੀ ਪਰਿਵਾਰ ਦੇ ਵਿੱਚ ਇਦਾਂ ਦਾ ਸਮਾਂ ਆਇਆ ਕਿ ਪਾਪਾ ਵੀ ਥੋੜੇ ਜੇ ਘਟ ਪੜੇ ਲਿਖੇ ਸੀ ਮਦਰ ਵੀ ਘਟ ਪੜੇ ਲਿਖੇ ਸੀ ਕੁਝ ਸਰਕਮਸਟੈਂਸਸ ਇਦਾਂ ਦੇ ਲਾਈਫ ਦੇ ਵਿੱਚ ਆਏ ਕਿ ਮਤਲਬ ਇੱਕ ਟਾਈਮ ਤਾਂ ਇਦਾਂ ਡੋਲ ਗਏ ਸੀਗੇ ਕਿ ਮਤਲਬ ਸਭ ਕੁਝ ਖਤਮ ਹੋ ਗਿਆ ਹੂੰ ਪਰ ਮਦਰ ਨੇ ਹਿੰਮਤ ਨਹੀਂ ਹਾਰੀ ਮਦਰ ਨੇ ਪਾਪਾ ਨੂੰ ਵੀ ਪੂਰੀ ਸਟੋ ਮਤਲਬ ਵੀ ਪੂਰੀ ਉਹਨਾਂ ਨੂੰ ਸਪੋਰਟ ਕੀਤੀ ਤੇ ਸਪੋਰਟ ਕਰਨ ਤੋਂ ਅੱਜ ਮਤਲਬ ਵੀ ਉਹਨਾਂ ਨੇ ਸਾਨੂੰ ਵੀ ਇਹ ਸਿੱਖਿਆ ਦਿੱਤੀ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਕਦੇ ਇਹ ਨਹੀਂ ਕਹਿਣਾ ਕਿ ਮੇਰੇ ਕੋਲ ਕੁਝ ਨਹੀਂ ਹੈ ਮੈਂ ਕੁਝ ਨਹੀਂ ਕਰ ਸਕਦੀ ਜ਼ਿੰਦਗੀ ਦੇ ਵਿੱਚ ਉਹ ਜਜ਼ਬਾ ਜ਼ਰੂਰ ਰੱਖਣਾ ਕਿ ਮੈਂ ਸਭ ਕੁਝ ਕਰ ਸਕਦੀ ਹਾਂ ਜਾਂ ਮੈਂ ਸਭ ਕੁਝ ਕਰ ਸਕਦਾ ਮਤਲਬ ਉਹ ਮਦਰ ਦੀ ਜਿਹੜੀ ਸਿੱਖ ਸੀ ਉਹਨੂੰ ਲੈ ਕੇ ਮੈਂ ਅੱਗੇ ਵਧੀ ਤਾਂ ਮੈਂ ਇਹ ਸੋਚਿਆ ਕਿ ਅਗਰ ਕੋਈ ਕੁੜੀ ਪੜ੍ਹੀ ਲਿਖੀ ਨਹੀਂ ਹੈ ਤਾਂ ਮੈਂ ਇਹ ਸੋਚੂਗੀ ਕਿ ਮੈਂ ਆਪਣੀ ਮਦਰ ਨੂੰ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਨਾ ਹੈ ਜੀ ਬਿਲਕੁਲ ਮੈਂ ਆਪਣੇ ਮਤਲਬ ਮਦਰ ਦੇ ਸੁਪਨੇ ਨੂੰ ਲੈ ਕੇ ਅੱਗੇ ਤੁਰੀ ਜੀ ਤੇ ਫਿਰ ਤੁਸੀਂ ਸਿਰਫ ਕੁੜੀਆਂ ਵਾਸਤੇ ਕਰਦੇ ਹੋ ਕੁੜੀਆਂ ਵਾਸਤੇ ਪਹਿਲਾਂ ਤਾਂ ਇਹ ਦੱਸੋ ਵੀ ਕੁੜੀਆਂ ਵਾਸਤੇ ਤੁਸੀਂ ਜਿਵੇਂ ਕੀ ਕਦਮ ਚੁੱਕਿਆ ਕੁੜੀਆਂ ਵਾਸਤੇ ਕਦਮ ਚੁੱਕਿਆ ਕਿ ਮੇਰੇ ਆਪਣੇ ਹੀ ਮਤਲਬ ਵੀ ਇੱਕ ਐਦਾਂ ਦੀ ਘਟਨਾ ਵਾਪਰੀ ਕਿ ਜਿਹਦੇ ਵਿੱਚ ਇੱਕ ਕੁੜੀ ਮੈਨੂੰ ਐਦਾਂ ਦੀ ਮਤਲਬ ਵੀ ਸਕੂਲ ਦੇ ਵਿੱਚ ਐਦਾਂ ਦੇ ਸੀਗੇ ਕਿ ਜਿਹਦੀ ਮਦਰ ਦੀ ਡੈਥ ਹੋ ਚੁੱਕੀ ਸੀ ਫਾਦਰ ਦਾ ਐਕਸੀਡੈਂਟ ਹੋ ਚੁੱਕਿਆ ਸੀ ਜਿਹਦੇ ਵਿੱਚ ਉਹ ਆਪਣੀ ਅੱਖ ਗਵਾ ਬੈਠੇ ਸੀ ਤਿੰਨੋਂ ਸਿਸਟਰ ਸੀਗੇ ਤੇ ਮਤਲਬ ਮਦਰ ਨੂੰ ਜਦੋਂ ਮੈਂ ਪੁੱਛਿਆ ਡੇਲੀ ਦਾ ਕੰਮ ਹੁੰਦਾ ਸੀ ਵੀ ਫੀਸ ਨਹੀਂ ਹੈ ਇਹ ਨਹੀਂ ਹੈ ਮਤਲਬ ਬੜਾ ਹੁੰਦਾ ਸੀ ਤਾਂ ਮੈਂ ਦੇਖਿਆ ਉਹ ਬੱਚੇ ਦੀ ਜਿਹੜੀ ਚਿਹਰੇ ਦੀ ਰੌਣਕ ਸੀ ਉਹ ਖਤਮ ਹੁੰਦੀ ਜਾ ਰਹੀ ਸੀ ਜੀ ਤੇ ਉਹਨੇ ਜਦੋਂ ਮੈਨੂੰ ਮੈਂ ਉਹਨੂੰ ਬਿਠਾ ਕੇ ਪੁੱਛਿਆ ਮੈਂ ਕਿ ਬੇਟਾ ਵੀ ਗੱਲ ਕੀ ਹੈ ਤਾਂ ਉਹ ਰੋਣ ਲੱਗ ਪਈ ਤੇ ਕਹਿੰਦੀ ਕਿ ਮੈਨੂੰ ਮੇਰੇ ਪਾਪਾ ਨਾਨੀ ਦੇ ਕੋਲ ਭੇਜ ਰਹੇ ਆ ਮੈਂ ਸਕੂਲ ਛੱਡ ਰਹੀ ਆ ਤਾਂ ਮੈਨੂੰ ਇੱਕਦਮ ਸਮਝ ਨਹੀਂ ਆਇਆ ਕਿ ਇਹ ਹੋ ਕੀ ਰਿਹਾ ਮੈਂ ਕਿ ਬੇਟਾ ਮੈਂ ਮਤਲਬ ਵੀ ਮੈਂ ਗੱਲ ਕਰਦੀ ਹਾਂ ਤੁਸੀਂ ਨਾਨੀ ਦੇ ਕੋਲ ਕਿਉਂ ਜਾਣਾ ਨਹੀਂ ਮੈਨੂੰ ਉਹ ਵਹਾਂ ਤੇ ਛੋੜ ਰਹੀ ਹਾਂ ਉਸ ਬੱਚੇ ਦੀ ਵਰਡਿੰਗ ਸੀ ਮੈਂ ਫਿਰ ਉਹਦੇ ਫਾਦਰ ਨੂੰ ਬੁਲਾਇਆ ਫਾਦਰ ਨਾਲ ਗੱਲ ਕੀਤੀ ਜਦੋਂ ਮੈਂ ਉਹਨਾਂ ਦੀ ਗਹਿਰਾਈ ਤੱਕ ਪਹੁੰਚੀ ਤਾਂ ਮੈਂ ਖੁਦ ਹਿੱਲ ਗਈ ਇੱਕਦਮ ਜਦੋਂ ਮੈਨੂੰ ਪਤਾ ਲੱਗਿਆ ਕਿ ਉਹਦੀ ਮਦਰ ਦੀ ਕੈਂਸਰ ਦੇ ਕਰਕੇ ਡੈਥ ਹੋ ਗਈ ਕਿ ਜਿੰਨਾ ਵੀ ਜੋ ਵੀ ਉਹਨਾਂ ਕੋਲੇ ਆਪਣਾ ਉਹਨਾਂ ਦੇ ਜਮਾ ਪੂੰਜੀ ਸੀਗੀ ਉਹ ਉਹਨਾਂ ਦੀ ਉਹਦੇ ਵਿੱਚ ਲੱਗ ਗਈ ਬਿਮਾਰੀ ਦੇ ਉਤੇ ਤੇ ਉਹ ਪੜ੍ਹਾਈ ਛੱਡਣੀ ਪਈ ਤੇ ਵੱਡੀ ਜਿਹੜੀ ਉਹਨਾਂ ਦੀ ਮਤਲਬ ਵੀ ਉਸ ਵੱਡੀ ਜਿਹੜੀ ਉਹਨਾਂ ਦੀ ਬੇਟੀ ਸੀਗੀ ਉਹ 10th ਕਰਕੇ +1 ਜਾਣਾ ਸੀ ਤੇ ਉਹਨੇ ਵੀ ਸਟੱਡੀਜ਼ ਛੱਡ ਦਿੱਤੀ ਤੇ ਉਹ ਇੱਕ ਮਤਲਬ ਆਪਾਂ ਪਹਿਲਾਂ ਤਾਂ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਘਰ ਦੇ ਵਿੱਚ ਕੰਮ ਕਰ ਰਹੀ ਹੈ ਇੱਕ ਬੱਚਾ ਜਦੋਂ ਪੜਦਾ-ਪੜਦਾ ਕਿਸੇ ਦੇ ਘਰ ਕੰਮ ਕਰਦਾ ਹੈ ਤਾਂ ਉਸ ਚਲੋ ਆਪਾਂ ਕਹਿੰਦੇ ਹਾਂ ਕਿ ਉਹ ਜ਼ਿੰਦਗੀ ਦਾ ਇੱਕ ਇਹੋ ਜਿਹਾ ਸਫ਼ਰ ਆ ਜਾਂਦਾ ਹੈਗਾ ਕਿ ਜਿੱਥੇ ਸਭ ਕੁਝ ਸਹਿਣਾ ਪੈਂਦਾ ਲੇਕਿਨ ਉਹਦੀ ਜਿਹੜੀ ਇੱਛਾ ਸੀ ਪੜ੍ਹਨ ਦੀ ਸੀਗੀ ਪੜਨਵੈਲੇ ਮਤਲਬ ਵੀ ਉਹਨੂੰ ਇਹ ਲੱਗ ਰਿਆ ਸੀਗਾ ਕਿ ਮੇਰੀ ਪੜ੍ਹਾਈ ਛੁੱਟ ਗਈ ਐ ਮੈਂ ਜਦੋਂ ਉਹਨੂੰ ਕੋਲ ਆਇਆ ਤਾਂ ਜਦੋਂ ਮੈਂ ਉਹਦੀ ਅੱਖਾਂ 'ਚ ਹੱਥ ਰੂ ਦੇਖੇ ਤਾਂ ਮੇਤੋ ਮੈਂ ਖੁਦ ਇੱਕ ਇਮੋਸ਼ਨਲ ਪਰਸਨ ਹੋ ਗਈ ਕਿ ਮੈਨੂੰ ਉਹ ਦੇਖ ਕੇ ਮੇਰੇ ਅੰਦਰ ਹੀ ਇੱਕਦਮ ਸਾਰਾ ਕੁਝ ਹਿਲ ਗਿਆ ਤਾਂ ਮੈਂ ਉੱਥੋਂ ਸਟਾਰਟ ਕੀਤਾ ਮੈਂ ਜਦੋਂ ਆਪਣੇ ਸਾਰੇ ਕਲੀਕਸ ਨਾਲ ਗੱਲ ਕੀਤੀ ਤਾਂ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ ਸੀ ਕੋਈ ਵੀ ਅੱਗੇ ਆਉਣ ਨੂੰ ਨਹੀਂ ਸੀ ਤੇ ਮੈਂ ਐਫਬੀ ਤੇ ਪੋਸਟ ਪਾਈ ਓਕੇ ਤੇ ਮੈਂ ਕਿਹਾ ਹੁਣ ਜਦੋਂ ਮੈਂ ਤੱਕ ਹਾਰ ਗਈ ਸਾਰੇ ਪਾਸੋਂ ਕਿਤੋਂ ਮੈਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਸੀਗਾ ਮੈਂ ਐਬੀ ਤੇ ਪੋਸਟ ਪਾਈ ਤਾਂ ਐਬੀ ਤੇ ਜਦੋਂ ਮੈਂ ਪੋਸਟ ਪਾਈ ਉਹ ਤੋਂ ਮੈਨੂੰ ਰਿਸਪੌਂਸ ਵਧੀਆ ਮਿਲਣ ਲੱਗ ਪਿਆ ਅੱਛਾ ਤੇ ਉਹ ਕਹਿੰਦੇ ਵੀ ਅਸੀਂ ਬੱਚੀ ਨੂੰ ਅਡਾਪਟ ਕਰਾਂਗੇ ਅਸੀਂ ਕਰਾਂਗੇ ਤਾਂ ਮੇਰੇ ਮਨ ਨੂੰ ਇੱਕ ਸਕੂਨ ਮਿਲਿਆ ਕਿ ਚਲੋ ਕੋਈ ਤਾਂ ਹੈ ਕਿ ਜਿੰਨਾ ਚ ਮੈਂ ਰੋਜ਼ ਵਿਚਰਦੀ ਆ ਉਹਨਾਂ ਚ ਕੋਈ ਅੱਗੇ ਨਹੀਂ ਆਇਆ ਅਗਰ ਮੈਂ ਸੋਸ਼ਲ ਮੀਡੀਆ ਦੇ ਥਰੂ ਕਿਤੇ ਮੈਂ ਪੋਸਟ ਪਾਈ ਤਾਂ ਉਥੋਂ ਲੋਕੀ ਪਤਾ ਨਹੀਂ ਕਿਤੋਂ ਕਿਤੋਂ ਜੁੜ ਰਹੇ ਸੀ ਕਿ ਅਸੀਂ ਐਡਾਪਟ ਕਰਾਂਗੇ ਅਸੀਂ ਸਭ ਕੁਝ ਕਰਾਂਗੇ ਤਾਂ ਉਥੋਂ ਮੈਨੂੰ ਹੋਰ ਇੱਕ ਵਿਲ ਪਾਵਰ ਮੇਰੀ ਹੋਰ ਸਟਰੋਂਗ ਹੋ ਗਈ ਉਥੋਂ ਮੈਂ ਕੰਮ ਸਟਾਰਟ ਕੀਤਾ ਫਿਰ ਇਦਾਂ ਹੀ ਕਰਦੇ ਕਰਦੇ ਕੁਝ ਐਦਾਂ ਹੀ ਬੱਚੇ ਮੈਨੂੰ ਮਿਲੇ ਜਿਨ੍ਹਾਂ ਵਿੱਚੋਂ ਦੋ ਭੈਣ ਭਰਾ ਐਦਾਂ ਦੇ ਸੀਗੇ ਕਿ ਬ੍ਰਦਰ ਜਿਹੜਾ ਸੀਗਾ ਉਹਦੇ ਦਿਮਾਗ 'ਚ ਕੀੜੇ ਪੈ ਚੁੱਕੇ ਸੀਗੇ ਤੇ ਉਹਦਾ ਇਲਾਜ ਚੱਲ ਰਿਹਾ ਸੀਗਾ ਤੇ ਮਤਲਬ ਫੀਸ ਕਾਫੀ ਹੋ ਚੁੱਕੀ ਸੀਗੀ ਤੇ ਉਹ ਦਿਨੋ ਦਿਨ ਉਹੀ ਮਤਲਬ ਮਤਲਬ ਕਹਿੰਦੇ ਨੇ ਕਿ ਇੱਕ ਜਦੋਂ ਆਪਾਂ ਦੇਖਦੇ ਆਂ ਤਾਂ ਉਹ ਬਹੁਤ ਅਗਰ ਮੈਂ ਜਦੋਂ ਮੈਂ ਨਿਗਾਹ ਮਾਰੀ ਆਪਣੇ ਆਸ-ਪਾਸੇ ਤਾਂ ਬਹੁਤ ਕੁਝ ਐਦਾਂ ਦਾ ਦੇਖਣ ਨੂੰ ਮਿਲਿਆ ਮੇਰੀ ਮਤਲਬ ਵੀ ਮੈਂ ਖੁਦ ਅੰਦਰੋਂ ਹਿੱਲ ਗਈ ਤੇ ਇੱਕ ਮੇਰੇ ਅੰਦਰ ਇਹ ਜਜ਼ਬਾ ਸੀਗਾ ਕਿ ਜਦੋਂ ਮੈਨੂੰ ਮੇਰੀ ਮਦਰ ਦੀ ਗੱਲ ਯਾਦ ਆ ਗਈ ਕਿ ਜਦੋਂ ਮੈਂ ਸੰਘਰਸ਼ ਕੀਤਾ ਹੈਗਾ ਨਾ ਤਾਂ ਤੁਸੀਂ ਮਤਲਬ ਇਹ ਚੀਜ਼ ਜੋ ਅਗਰ ਮੈਂ ਤੁਹਾਨੂੰ ਸਿਖਾ ਰਹੀ ਹਾਂ ਨਾ ਤਾਂ ਉਹ ਜੋ ਤੁਸੀਂ ਸਿੱਖ ਰਹੇ ਹੋ ਨਾ ਉਹ ਤੁਸੀਂ ਅੱਗੇ ਜ਼ਰੂਰ ਦਿਓ ਤਾਂ ਕਿ ਮੈਨੂੰ ਵੀ ਗਰਵ ਹੋਵੇ ਕਿ ਇਹ ਮੇਰੇ ਬੱਚਿਆਂ ਨੇ ਅੱਗੇ ਕੰਮ ਕੀਤਾ ਤੇ ਉਹ ਮੈਂ ਦੇਖਿਆ ਤਾਂ ਉਹਨਾਂ ਬੱਚਿਆਂ ਨੂੰ ਫਿਰ ਮੈਂ ਬੁਕਸ ਉਹਨਾਂ ਕੋਲੇ ਬੁਕਸ ਨਹੀਂ ਸੀਗੀ ਸਟੱਡੀ ਲਈ ਚਲੋ ਸਕੂਲ ਚ ਐਡਮਿਸ਼ਨ ਹੋ ਗਈ ਲੇਕਿਨ ਉਹਨਾਂ ਦਾ ਇਹ ਸੀਗਾ ਕਿ ਫੀਸ ਲਈ ਪੈਸੇ ਨਹੀਂ ਸੀਗੇ ਪਰ ਹਰ ਇੱਕ ਮਾਂ ਬਾਪ ਦਾ ਇੱਕ ਸੁਪਨਾ ਹੁੰਦਾ ਕਿ ਸਾਡਾ ਬੱਚਾ ਚੰਗੇ ਸਕੂਲ ਚ ਪੜੇ ਉਸ ਕਰਕੇ ਫਿਰ ਮੈਂ ਉਥੋਂ ਉਹ ਜਦੋਂ ਮੈਂ ਚੱਕਿਆ ਤਾਂ ਉਦੋਂ ਮੈਂ ਦੇਖਿਆ ਤਾਂ ਕਿਸੇ ਨੇ ਕੁਝ ਇਦਾਂ ਦੇ ਪੋਲਿਟਿਸ਼ੀਅਨਸ ਲਾਈਨ ਦੇ ਵਿੱਚ ਸੀਗੇ ਜੋ ਅਕਸਰ ਮਤਲਬ ਜੁੜੇ ਹੋਏ ਤਾਂ ਸੀਗੇ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਕਿ ਤੁਸੀਂ ਬੱਚੇ ਨੂੰ ਅਡਾਪਟ ਕਰੋਗੇ ਮਤਲਬ ਤੁਹਾਡੀ ਐਨਜੀਓ ਨਾਲ ਜੁੜੇ ਹੋਏ ਸੀ ਨਹੀਂ ਮੈਂ ਕਿਸੇ ਕੋਈ ਐਨਜੀਓ ਨਾਲ ਮੈਂ ਅੱਜ ਤੱਕ ਕਿਸੇ ਐਨਜੀਓ ਨਾਲ ਨਹੀਂ ਜੁੜੀ ਕਿਸੇ ਸੰਸਥਾ ਨਾਲ ਨਹੀਂ ਜੁੜੀ ਮੈਂ ਅੱਜ ਜਿਵੇਂ ਕਹਿੰਦੇ ਨੇ ਨਾ ਕਿ ਮੈਂ ਕੱਲਿਆਂ ਹੀ ਕੰਮ ਸਫਰ ਸ਼ੁਰੂ ਕੀਤਾ ਇਹ 3 ਸਾਲ ਪਹਿਲਾਂ ਜੀ ਤੇ ਅੱਜ ਮਤਲਬ ਵੀ ਸਾਢੇ 3 ਸਾਲ ਕੰਪਲੀਟ ਹੋ ਚੁੱਕੇ ਆ ਮੈਂ ਕੱਲਿਆਂ ਹੀ ਸਫਰ ਜਦੋਂ ਸ਼ੁਰੂ ਕੀਤਾ ਤਾਂ ਮੈਂ ਮਤਲਬ ਬਹੁਤ ਦੇਖਿਆ ਕਿ ਕੋਈ ਮਦਦ ਲਈ ਅੱਗੇ ਨਹੀਂ ਆਉਂਦਾ ਸੀ ਸਭ ਨੂੰ ਲੱਗਦਾ ਸੀਗਾ ਕਿ ਨਹੀਂ ਮਤਲਬ ਵੀ ਕੋਈ ਇਦਾਂ ਹੀ ਮਤਲਬ ਆਪਣੇ ਲਈ ਤਾਂ ਸਭ ਪੈਸਾ ਖਰਚਣ ਨੂੰ ਹੈ ਲੇਕਿਨ ਇੱਕ ਕਹਿੰਦੇ ਨੇ ਕਿ ਅਗਰ ਕਿਸੇ ਨੂੰ ਆਪਾਂ ਵਿੱਦਿਆ ਦਾ ਦਾਨ ਦੇਈਏ ਉਹ ਦੇਣ ਨੂੰ ਕੋਈ ਤਿਆਰ ਨਹੀਂ ਸੀ ਵੀ ਕਿਸੇ ਹੋਰ ਲਈ ਅਸੀਂ ਕਿਉਂ ਕਰੀਏ ਅਸੀਂ ਕਿਉਂ ਕਰੀਏ ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਤੇ ਮੈਂ ਜਦੋਂ ਉਹਨਾਂ ਨੂੰ ਕਿਹਾ ਤਾਂ ਉਦੋਂ ਇਲੈਕਸ਼ਨਾਂ ਦਾ ਟਾਈਮ ਸੀ ਮੈਂ ਜਦੋਂ ਕਿਹਾ ਮੈਂ ਕਿਹਾ ਵੀ ਤੁਸੀਂ ਬੱਚੇ ਨੂੰ ਬੁੱਕਸ ਅਰੇਂਜ ਕਰ ਦੋ ਤੇ ਬੱਚੇ ਦੀ ਪੜ੍ਹਾਈ ਦਾ ਲਾਸ ਹੋ ਰਿਹਾ ਕੀ ਤੁਸੀਂ ਕਰ ਸਕਦੇ ਹੋ ਮੈਨੂੰ ਇਹ ਸੁਣ ਕੇ ਬੜਾ ਦੁੱਖ ਲੱਗਿਆ ਉਸ ਟਾਈਮ ਜਦੋਂ ਉਹਨਾਂ ਨੇ ਕਿਹਾ ਕਿ ਜੀ ਸਾਡੀ ਤਾਂ ਰੈਲੀ ਸੀਗੀ ਉਹ ਗੱਡੀਆਂ ਤੇ ਪੈਸੇ ਖਰਚ ਹੋ ਗਏ ਅੱਛਾ ਔਰ ਆਈ ਐਮ ਸ਼ੌਕਡ ਕਿ ਇਹ ਕੀ ਹੋ ਗਿਆ ਕਿ ਯਾਰ ਤੁਸੀਂ ਮਤਲਬ ਜਿੱਤੋਂ ਮਤਲਬ ਵੀ ਇੱਕ ਬੱਚੇ ਲਈ ਤੁਸੀਂ ਕੁਝ ਨਹੀਂ ਕਰ پا ਰਹੇ ਹੋ ਔਰ ਤੁਸੀਂ ਰੈਲੀਆਂ ਤੋਂ ਪੈਸੇ ਖਰਚ ਕਰ ਰਹੇ ਹੈਗੇ ਹੋ ਤੇ ਉਸ ਤੋਂ ਬਾਅਦ ਇੱਕ ਪਰਸਨ ਇਦਾਂ ਦਾ ਸੀ ਕਿ ਉਹ ਕਹਿੰਦੇ ਮੈਂ ਤਾਂ ਖੁਦ ਮਿਲਣਾ ਚਾਹੂੰਗਾ ਜੀ ਮੈਂ ਕਿਹਾ ਤੁਸੀਂ ਮਿਲੋ ਬੱਚੇ ਨੂੰ ਉਹਦੀ ਮਤਲਬ ਨਿੱਜੀ ਜ਼ਿੰਦਗੀ ਦੇ ਵਿੱਚ ਅੰਦਰ ਝਾਕੇ ਤਾਂ ਦੇਖੋ ਤੁਸੀਂ ਖੁਦ ਹਿਲ ਜਾਓਗੇ ਉਸ ਤੋਂ ਬਾਅਦ ਮਤਲਬ ਕੋਈ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਕੋਈ ਕੁਝ ਨਹੀਂ ਫਿਰ ਮੈਂ ਇੱਕਦਮ ਫਿਰ ਮੈਂ ਨਿਰਾਸ਼ ਹੋਈ ਸੈਕਿੰਡ ਟਾਈਮ ਮੈਂ ਨਿਰਾਸ਼ ਹੋਈ ਬਹੁਤ ਜ਼ਿਆਦਾ ਮੈਂ ਕਿ ਯਾਰ ਇੱਕ ਪੋਲੀਟੀਸ਼ੀਅਨ ਮਤਲਬ ਜਿਹੜੇ ਨਾਲ ਅਕਸਰ ਆਪਾਂ ਜੁੜੇ ਹੈ ਤੇ ਮਤਲਬ ਉਹ ਚੀਜ਼ ਮਤਲਬ ਉਹ ਰੈਲੀਆਂ ਤੇ ਪੈਸੇ ਖਰਚ ਕਰ ਸਕਦੇ ਨੇ ਮਤਲਬ ਅਸੀਂ ਆਮ ਲੋਕ ਜਿਹੜੇ ਕਿਸੇ ਹੋਰ ਤੋਂ ਉਮੀਦ ਨਹੀਂ ਕਰਦੇ ਆ ਪਰ ਸਰਕਾਰਾਂ ਤੋਂ ਉਮੀਦ ਕਰਦੇ ਨੇ ਉਹ ਚੀਜ਼ ਨਹੀਂ ਤੇ ਮੈਂ ਫਿਰ ਹਤਾਸ਼ ਹੋਈ ਬੜੀ ਫਿਰ ਮੈਂ ਕਿਹਾ ਮੈਂ ਕਿਹਾ ਹੁਣ ਕਿੱਥੋਂ ਮਤਲਬ ਮੇਰਾ ਮਨ ਸੀਗਾ ਕਿ ਇਹ ਕੁੜੀ ਜਿਹੜੀ ਹੈਗੀ ਐ ਇਹ ਪੜ ਲਿਖ ਜਾਏ ਕਿਉਂਕਿ ਘਰ ਦੇ ਹਾਲਾਤ ਇਦਾਂ ਦੇ ਸੀਗੇ ਕਿ ਮਦਰ ਨੂੰ ਜਦੋਂ ਮੈਂ ਕਿਹਾ ਮਦਰ ਨੂੰ ਮੈਂ ਇੱਕ ਸ਼ਾਪ ਤੇ ਲਗਾਇਆ ਕਿ ਤੁਸੀਂ ਉੱਥੇ ਕਿਤੇ ਵੀ ਕੱਪੜੇ ਦੀ ਜਿਵੇਂ ਆਪਾਂ ਕਹਿੰਦੇ ਨੇ ਨਾ ਕੀ ਪੰਜਾਬੀ ਜੋ ਤਰਪਾਈਆਂ ਕੀ ਕਹਿੰਦੇ ਨੇ ਹਾਂ ਉਹ ਕਰਨ ਨੂੰ ਲਾਇਆ ਮੈਂ ਤਾਂ ਕਿ ਉਹ ਆਪਣੇ ਬੱਚੇ ਦੀ ਬੁੱਕ ਕਾਪੀ ਕੁਛ ਤਾਂ ਲੈ ਸਕੇ ਚੇ ਨੂੰ ਕੁਛ ਤਾਂ ਦੇ ਸਕੇ ਫਾਦਰ ਜਿਹੜੇ ਸੀਗੇ ਉਹ ਮਜ਼ਦੂਰੀ ਕਰਦੇ ਸੀਗੇ ਉਹ ਕਦੇ ਕੰਮ ਮਿਲ ਗਿਆ ਕਦੇ ਨਹੀਂ ਮਿਲਿਆ ਘਰ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਚਲੋ ਮੈਂ ਜਦੋਂ ਘਰ ਤੱਕ ਮੈਂ ਜਾ ਕੇ ਸਾਰਾ ਡਿਟੇਲ ਲਤੀਤਾ ਮੈਂ ਉਹੀ ਚੀਜ਼ਾਂ ਦੇਖ ਕੇ ਮੇਰੇ ਸਾਹਮਣੇ ਫੇਰ ਉਹੀ ਕੇਸ ਸਾਹਮਣੇ ਆ ਗਿਆ ਤੇ ਉੱਥੋਂ ਮੈਂ ਜਦੋਂ ਦੇਖਿਆ ਮੈਂ ਕਿ ਨਹੀਂ ਜਦੋਂ ਕੋਈ ਨਹੀਂ ਨਾਲ ਹੈਗਾ ਤਾਂ ਮੈਂ ਆਪਣੀ ਹੀ ਸੈਲਰੀ ਜਿਹੜੀ ਸੀਗੀ ਮੇਰੇ ਕੋਲ ਉਸ ਟਾਈਮ ਮੈਂ ਸ਼ੁਰੂ ਕੀਤਾ ਸੀਗਾ 3400 ਰੁਪਏ ਦੇ ਵਿੱਚ ਮੈਂ ਆਪਣੀ ਸਟਾਰਟ ਕੀਤਾ ਮੈਂ ਆਪਣੀ ਜੌਬ ਜਿਹੜੀ ਸਟਾਰਟ ਕੀਤੀ ਅੱਛਾ ਤੇ ਮਤਲਬ ਵੀ 4000 ਸੀਗਾ ਜਿਹਦੇ ਚੋਂ ਕੱਟ ਕੇ ਮੈਨੂੰ 3400 ਰੁਪਏ ਮਿਲਦਾ ਸੀ ਤੁਹਾਡੀ ਕੀ ਜੌਬ ਸੀ ਵਸੇ ਮੈਂ ਟੀਚਿੰਗ ਜੌਬ 'ਚ ਸੀ ਟੀਚਿੰਗ ਜੌਬ ਤੁਹਾਡੀ ਪਹਿਲੀ ਸੈਲਰੀ 3400 ਰੁਪਏ ਸੀਗੀ ਤੇ ਮੈਂ ਉਹ ਸੈਲਰੀ ਚੱਕੀ ਕਿਉਂਕਿ ਮੈਨੂੰ ਸੀਗਾ ਮੈਂ ਕਿਹਾ ਨਹੀਂ ਕੁਝ ਮਤਲਬ ਮੈਂ ਜੋ ਦੇਖਿਆ ਕੁਝ ਨਹੀਂ ਹੋ ਰਿਹਾ ਹੈਗਾ ਮੈਂ ਬੁੱਕਸ ਦਾ ਸਾਰਾ ਪਤਾ ਕੀਤਾ ਤੇ ਉਹ ਸਾਰੀ ਜਿਹੜਾ 34 ਰੁਪਏ ਤਾਂ ਤਾਂ ਬੁਕਸ ਦੇ ਵਿੱਚ ਲੱਗ ਗਿਆ ਤੇ ਮੈਂ ਸੋਚਿਆ ਮੈਂ ਕਿਹਾ ਹੁਣ ਇਹਨਾਂ ਦੀ ਫੀਸ ਕਿੱਥੋਂ ਰੇਂਜ ਕਰਾਂ ਕਿ ਮਤਲਬ ਵੀ ਇਹ ਬੱਚੇ ਨੂੰ ਇਹ ਸੁਣਨਾ ਨਾ ਪਵੇ ਕਿ ਨਾਮ ਕੱਟ ਜਾਊਗਾ ਕੁਝ ਅਕਾ ਲੇਕਿਨ ਉਹ ਜਦੋਂ ਨਾਮ ਕੱਟਣ ਦੀ ਗੱਲ ਆਉਂਦੀ ਸੀ ਚਲੋ ਸਕੂਲ ਤੇ ਸਭ ਦੇ ਆਪਣੇ ਰੂਲ ਰੈਗੂਲੇਸ਼ਨ ਹੁੰਦੇ ਨੇ ਹੈ ਨਾ ਸਕੂਲਾਂ ਨੂੰ ਵੀ ਆਪਣੇ ਰੂਲ ਰੈਗੂਲੇਸ਼ਨ ਫੋਲੋ ਕਰਨੇ ਪੈਂਦੇ ਨੇ ਜਿੰਨਾ ਕੋ ਸਕਦਾ ਉਹ ਕਰਦੇ ਨੇ ਲੇਕਿਨ ਕਈ ਵਾਰੀ ਇਹ ਚੀਜ਼ ਆ ਜਾਂਦੀ ਹੈਗੀ ਆ ਕਿ ਜਦੋਂ ਕਹਿੰਦੇ ਨੇ ਕਿ ਹੋ ਜਾਂਦਾ ਤਾਂ ਉਹ ਵੀ ਆਪਣੇ ਰੂਲ ਤੋਂ ਫਿਰ ਅਗਲੇ ਕਹਿ ਦਿੰਦੇ ਨੇ ਕਿ ਨਹੀਂ ਇਹ ਚੀਜ਼ਾਂ ਹੁੰਦੀਆਂ ਨਹੀਂ ਕਿ ਫਿਰ ਜਦੋਂ ਮੈਂ ਇੱਕ ਵਾਰੀ ਇੱਕ ਦ ਤਾਨੂੰ ਪਤਾ ਹੋਣਾ ਚਾਹੀਦਾ ਸਕੂਲ ਦੇ ਰੂਲ ਰੈਗੂਲੇਸ਼ਨ ਕੀ ਹੈ ਹੈਨਾ ਤੇ ਮੈਂ ਚਲੋ ਚੁੱਪ ਹੋ ਗਈ ਉਸ ਟਾਈਮ ਤਾਂ ਮੈਂ ਫਿਰ ਜਦੋਂ ਉਥੋਂ ਫਿਰ ਮੈਂ ਹਤਾਸ਼ ਹੋਈ ਫਿਰ ਮੈਂ ਗੱਲ ਕੀਤੀ ਤਾਂ ਮੇਰੇ ਆਪਣੇ ਹੀ ਮਤਲਬ ਵੀ ਮੈਂ ਜਦੋਂ ਪਰਿਵਾਰ ਦੇ ਦੇ ਵਿੱਚ ਗੱਲ ਕੀਤੀ ਤੇ ਮਤਲਬ ਪਰਿਵਾਰ ਵਾਲੇ ਵੀ ਇੱਕਦਮ ਪਹਿਲਾਂ ਤਾਂ ਸੋਚ ਚ ਪੈ ਗਏ ਹੈਨਾ ਤੇ ਕਹਿੰਦੇ ਆਪਣੀ ਮੈਂ ਕਿਹਾ ਮੈਂ ਆਪਣੀ ਸੈਲਰੀ ਲਗਾ ਚੁੱਕੀ ਹਾਂ ਤੇ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਜੀ ਤੇ ਚਲੋ ਘਰਦਿਆਂ ਨੇ ਹੈਲਪ ਕੀਤੀ ਤੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਕਿ ਚਲੋ ਵਧੀਆ ਕੰਮ ਤੇ ਲੱਗੇ ਹੋਏ ਹੋ ਉਸ ਤੋਂ ਬਾਅਦ ਫਿਰ ਮੇਰੇ ਚਾਚਾ ਸੋਰਾ ਜੀ ਉਹਨਾਂ ਨੇ ਉਸ ਬੱਚੇ ਨੂੰ ਅਡਾਪਟ ਕੀਤਾ ਅੱਛਾ ਤੇ ਸਟਿਲ ਹੁਣ ਉਹ ਪਲੱਸ 2 ਤੱਕ ਦੀ ਸਟੱਡੀ ਉਹ ਕਰਵਾ ਰਹੇ ਨੇ ਉਸ ਬੱਚੇ ਨੂੰ ਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਮਤਲਬ ਵੀ ਚਲੋ ਕੋਈ ਤਾਂ ਹੈ ਕਿ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਅਡਾਪਟ ਕਰਨੀ ਹੈ ਬੇਟੀ ਮਤਲਬ ਜਦੋਂ ਇੱਕ ਆਪਾਂ ਸੋਚ ਲਿਆ ਕਿ ਆਪਾਂ ਇੱਕ ਟੀ ਨੂੰ ਬਣਾਉਣਾ ਹੈ ਕਿ ਅੱਜ ਦਾ ਅਗਰ ਮੈਂ ਸੋਚਦੀ ਹਾਂ ਨਾ ਤਾਂ ਅੱਜ ਦੇ ਉਹਦੇ ਵਿੱਚ ਮਤਲਬ ਇੱਕ ਲੇਡੀ ਦਾ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਪਹਿਲਾਂ ਕਿਉਂਕਿ ਕਹਿੰਦੇ ਸੀ ਬੇਸਿਕ ਜਿਹੜੀ ਸਟੱਡੀ ਆ 10th ਹੋਣੀ ਚਾਹੀਦੀ 10th 2 ਹੁਣ 2 ਵੀ ਆਪਾਂ ਕਹਿੰਦੇ ਆ ਕਿ ਉਹ ਵੀ ਕੱਟ ਰਹੀਦੀ ਹੈ ਤਾਂ ਹਰ ਇੱਕ ਕੋਈ ਕਹਿੰਦਾ ਕਿ ਅਗਰ ਹੁਣ ਆਪਾਂ ਲਈਏ ਮੈਰਿਜ ਦੀ ਗੱਲ ਲੈ ਲਈ ਜਾਂ ਕਿਤੇ ਅਦਰ ਜੋਬ ਦੀ ਗੱਲ ਲੈ ਲਈ ਤਾਂ ਸਭ ਤੋਂ ਪਹਿਲਾਂ ਕੀਂਦਾ ਮਾਸਟਰ ਕੀਤੀ ਆ ਹਾਂ ਬਿਲਕੁਲ ਆ ਕੀਤਾ ਹੈ ਨਾ ਫਿਰ ਆਪਾਂ ਨੂੰ ਆਪਣੀ ਕੁਆਲੀਫਿਕੇਸ਼ਨ ਦੇ ਉਹਦੇ ਉਹਦੇ ਤੇ ਸਾਨੂੰ ਜੋਬ ਮਿਲਦੀ ਬੇਰੋਜ਼ਗਾਰੀ ਹੈਗੀ ਬਿਲਕੁਲ ਉਹ ਚੀਜ਼ਾਂ ਮਤਲਬ ਸਾਰੀਆਂ ਫੋਲੋ ਕਰਦੇ ਕਰਦੇ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਕਿ 60 ਬੱਚੇ ਅੱਜ ਅਸੀਂ ਅਡਾਪਟ ਕੀਤੇ ਹੋਏ ਐ ਤੇ ਜਿਨ੍ਹਾਂ ਵਿੱਚੋਂ ਮਤਲਬ ਵੀ ਕੁੜੀਆਂ ਕੁਛ ਐਦਾਂ ਦੀ ਨੇ ਜਿਨ੍ਹਾਂ ਨੂੰ ਆਪਣੇ ਆਪਣੇ ਕੰਮ ਦਾ ਸ਼ੌਂਕ ਸੀਗਾ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਸਾਰੇ ਪੂਰੇ ਹੋ ਰਹੇ ਨੇ ਉਹਨਾਂ ਦੇ ਅੱਜ ਉਹਨਾਂ ਦੇ ਜਦੋਂ ਮੈਂ ਖਿੜੇ ਮੱਥੇ ਦੇਖਦੀ ਆ ਤਾਂ ਮੈਨੂੰ ਮੇਰੇ ਦਿਲ ਨੂੰ ਸਕੂਨ ਮਿਲਦਾ ਔਰ ਮੈਂ ਆਪਣੀ ਮਾਂ ਨੂੰ ਇੱਕ ਸ਼ਰਧਾਂਜਲੀ ਦੇ ਰਹੀ ਆ ਕਿ ਉਹ ਇਸ ਦੁਨੀਆ 'ਚ ਨਹੀਂ ਐ ਬਿਲਕੁਲ ਤੇ ਮੈਨੂੰ ਮੈਂ ਵੀ ਸੋਚਦੀ ਕਿ ਚਲੋ ਉਹ ਉਹਨਾਂ ਦੀਆਂ ਦਵਾਵਾਂ ਨੇ ਕਿ ਉਹਨਾਂ ਨੇ ਜੋ ਮੈਨੂੰ ਇੱਕ ਦਿੱਤਾ ਸੀਗਾ ਕਿ ਇਹ ਕਰਨਾ ਹੈ ਤੇ ਮੈਂ ਅੱਜ ਉਹਨਾਂ ਦੇ ਉਹ ਪੂਰਨੇ ਪੂਰੇ ਪਾ ਰਹੀ ਐ। ਬਿਲਕੁਲ ਤੇ ਵਧੀਆ ਵਧੀਆ ਗੱਲਾਂ ਤਾਂ ਇਹਨਾਂ ਨਾਲ ਚੱਲ ਹੀ ਰਹੀਆਂ ਨੇ ਤੇ ਬਹੁਤ ਕੁਝ ਸਿੱਖਣ ਨੂੰ ਵੀ ਸਾਨੂੰ ਤੁਹਾਡੇ ਤੋਂ ਮਿਲ ਰਿਹਾ ਹੈ। ਗੱਲਾਂ ਬਾਤਾਂ ਦਾ سلسلہ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਥੇ ਵਿੜਾ ਹੋ ਗਿਆ ਨਿੱਕੇ ਜੇ ਬ੍ਰੇਕ ਦਾ ਸੋ ਮੁੜ ਵਾਪਸ ਹੋਣਾ ਨਿੱਕੇ ਜੇ ਬ੍ਰੇਕ ਤੋਂ ਬਾਅਦ। ਤੁਰੇਤ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਗੱਲਬਾਤ ਚੱਲ ਰਹੀ ਹੈ ਅੱਜ ਕਰਨਜੀਤ ਕੌਰ ਜੀ ਦੇ ਨਾਲ ਮੈਮ ਜਿਦਾ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਹੇ ਸੀ ਨਾ ਉਹਦੇ ਵਿੱਚੋਂ ਗੱਲਾਂ 'ਚੋ ਗੱਲ ਇੱਕ ਇਹ ਨਿਕਲੀ ਸੀਗੀ ਕਿ ਤੁਸੀਂ ਗੱਲ ਕਰ ਰਹੇ ਸੀ ਵੀ ਉਹ ਕਿਤੇ ਕੰਮ ਕਰਦੀ ਸੀਗੀ ਕੁੜੀ ਜਿਹਦੇ ਤੁਸੀਂ ਹੈਲਪ ਕਰਨ ਲੱਗੇ ਸੀਗੇ ਅਸੀਂ ਇਹ ਤਾਂ ਕਹਿ ਦਿੰਨੇ ਆ ਹਰ ਵਾਰ ਵੀ ਹਾਂ ਚਾਈਲਡ ਲੇਬਰ ਇੱਕ ਗੁਨਾ ਹੈ ਬਸ ਇਹ ਨਹੀਂ ਸੋਚਦੇ ਹਨ ਵੀ ਉਹਨਾਂ ਦੇ ਘਰ ਦੀ ਕੀ ਸਥਿਤੀ ਰਹੀ ਹੋਵੇਗੀ ਕਿਉਂ ਅਸੀਂ ਉਹਨਾਂ ਨੇ ਆਪਣੇ ਛੋਟੇ ਜਿਹੇ ਬੱਚੇ ਨੂੰ ਮਾਸੂਮ ਜਿਹੇ ਬੱਚੇ ਨੂੰ ਕੰਮ ਕਰਨ ਲਈ ਲਾਇਆ ਹੋਵੇਗਾ ਹੋ ਸਕਦਾ ਉਹਨਾਂ ਦੇ ਘਰ ਦੀ ਕੋਈ ਮਜਬੂਰੀ ਹੋਵੇ ਇਸ ਕਰਕੇ ਲਾਇਆ ਹੋਵੇ ਬਿਲਕੁਲ ਬਿਲਕੁਲ ਮੈਂ ਜਦੋਂ ਇਸ ਗੱਲ ਤੋਂ ਮੈਂ ਪਹੁੰਚੀ ਕਿਉਂਕਿ ਮੈਂ ਖੁਦ ਇੱਕ ਟੀਚਰ ਹਾਂ ਕਿ ਮੈਂ ਇੱਕ ਟੀਚਰ ਹੋਣ ਦੇ ਨਾਤੇ ਮੈਂ ਖੁਦ ਮੈਂ ਉਹ ਸਾਰਾ ਜਦੋਂ ਮੈਂ ਉਹਨਾਂ ਦਾ ਸਰਵੇ ਕੀਤਾ ਜਦੋਂ ਮੈਂ ਉਹਦੇ ਫਾਦਰ ਨੂੰ ਦੇਖਿਆ ਜਦੋਂ ਮੈਂ ਉਹਦੇ ਫਾਦਰ ਨੂੰ ਦੇਖਿਆ ਉਹਨਾਂ ਦਾ ਐਕਸੀਡੈਂਟ ਹੋ ਚੁੱਕਿਆ ਸੀ ਤਾਂ ਉਹਨਾਂ ਦੀ ਅੱਖ ਨਹੀਂ ਹੈ ਫੇਸ ਇਸ ਤਰ੍ਹਾਂ ਦਾ ਹੋ ਚੁੱਕਿਆ ਉਹਨਾਂ ਦਾ ਕਿ ਕੋਈ ਜੌਬ ਦੇ ਤੇ ਉਹ ਇੱਕ ਮਜਬੂਰੀ ਬਣ ਗਈ ਸੀ ਕਿ ਘਰ ਦਾ ਖਰਚ ਵੀ ਚਲਾਉਣਾ ਸੀਗਾ ਸਭ ਕੁਝ ਕਿਉਂਕਿ ਜੋ ਕੁਝ ਸੀਗਾ ਉਹ ਤੇ ਮਦਰ ਦੀ ਉਹਦੇ ਤੇ ਲੱਗ ਗਿਆ ਸੀਗਾ ਬਿਮਾਰੀ ਤੇ ਤੇ ਫਿਰ ਇਸ ਇਸ ਕਰਕੇ ਉਸ ਬੱਚੀ ਨੇ ਜਦੋਂ ਇਹ ਕੀਤਾ ਤਾਂ ਮੈਂ ਜਦੋਂ ਉਹਨੂੰ ਕੀਤਾ ਕਿ 10th ਕੀਤੀ ਹੈ ਤਾਂ ਅੱਜ ਇੱਕ ਉਹ ਕੋਕ ਇਹ ਜੀ ਮਤਲਬ ਪ੍ਰਾਈਵੇਟ ਕੰਪਨੀ ਆਪਾਂ ਕਹਿ ਦਿੰਨੇ ਆ ਲੇਕਿਨ ਜਦੋਂ ਉਹਦੀ ਕੈਪੇਬਿਲਿਟੀ ਦੇਖੀ ਤੇ ਅੱਜ ਉਹ ਇੱਕ ਰਿਸੈਪਸ਼ਨ ਦੇ ਉੱਤੇ ਬੈਠੀ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਇੱਕ ਚਲੋ ਘਰ ਦਾ ਕੰਮ ਛੱਡ ਕੇ ਉਹ ਇੱਕ ਰਿਸੈਪਸ਼ਨ ਤੇ ਬੈਠੀ ਹੈ ਤੇ ਇੱਕ ਆਪਣੇ ਘਰ ਨੂੰ ਚਲਾ ਰਹੀ ਹੈ ਤੇ ਸਭ ਤੋਂ ਵੱਡੀ ਇਹ ਖੁਸ਼ੀ ਮੈਨੂੰ ਜਦੋਂ ਮਿਲੀ ਹੁਣ ਮੈਨੂੰ ਰੀਸੈਂਟਲੀ ਥੋੜੇ ਦਿਨ ਪਹਿਲਾਂ ਹੀ ਪਤਾ ਚੱਲਿਆ ਕਿ ਫਾਦਰ ਨੂੰ ਵੀ ਚਾਹੇ ਪੀਐਮ ਦੀ ਜੌਬ ਮਿਲ ਗਈ ਅੱਛਾ ਤੇ ਆਈ ਐਮ ਸੋ ਹੈਪੀ ਕਿ ਚਲੋ ਜੋ ਇੱਕ ਨੀਚੇ ਤੋਂ ਸਟਾਰਟਿੰਗ ਹੋਈ ਸੀ ਤੇ ਉਹ ਇੱਕ ਮਤਲਬ ਵੀ ਕਹਿੰਦੇ ਨੇ ਕਿ ਬਿਲਕੁਲ ਡਾਊਨ ਚਲੀ ਗਈ ਸੀ ਅੱਜ ਜੋ ਇੱਕ ਸਟੈਂਡ ਕਰ ਗਈ ਹੈ ਫੈਮਿਲੀ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਮੈਡਮ ਮੈਨੂੰ ਜੌਬ ਮਿਲ ਗਈ ਔਰ ਉਸ ਟਾਈਮ ਮੈਂ ਦੱਸ ਨਹੀਂ ਸਕਦੀ ਕਿ ਮੇਰੀ ਖੁਸ਼ੀ ਦਾ ਇੰਨਾ ਟਿਕਾਣਾ ਨਹੀਂ ਰਿਹਾ ਕਿ ਮੈਨੂੰ ਇੰਨੀ ਖੁਸ਼ੀ ਹੋ ਰਹੀ ਸੀ ਕਿ ਮੈਂ ਮਤਲਬ ਵੀ ਇੱਕਦਮ ਨਾ ਜਿਵੇਂ ਕਹਿੰਦੇ ਨੇ ਕਿ ਆ ਚੀਜ਼ ਹੋ ਗਈ ਹੈ ਇੱਕ ਫੈਮਿਲੀ ਸੈਟ ਹੋ ਗਈ ਹੈ ਇਨਰ ਸੈਟੀਸਫੈਕਸ਼ਨ ਇਨਰ ਸੈਟੀਸਫੈਕਸ਼ਨ ਮੈਨੂੰ ਮੈਨੂੰ ਉਹ ਮਿਲੀ ਮੈਂ ਬਹੁਤ ਖੁਸ਼ ਹੋ ਤੇ ਇਦਾਂ ਹੀ ਕਰਦੇ ਕਰਦੇ ਮਤਲਬ ਵੀ ਮੈਂ ਕਹਿੰਨੀ ਐਦਾਂ ਹੀ ਐਦਾਂ ਹੀ ਰੀਸੈਂਟਲੀ ਜਦੋਂ ਮੈਂ ਜਦੋਂ ਇਹ ਦੇਖ ਕੇ ਮੈਨੂੰ ਸਕੂਨ ਮਿਲਿਆ ਉਸ ਤੋਂ ਬਾਅਦ ਮੈਂ ਦੇਖਿਆ ਕਿ ਇੱਕ ਘਟਨਾ ਨਾ ਮੇਰੀ ਆਮ ਮਤਲਬ ਵੀ ਆਪਾਂ ਕਹਿੰਦੇ ਆ ਮਤਲਬ ਵਰਤੀਆਂ ਜਿਵੇਂ ਕਹਿੰਦੀਆਂ ਇਹ ਵਾਪਰੀਆਂ ਮੇਰੇ ਨਾਲ ਮੈਂ ਜਦੋਂ ਸਕੂਲ ਲਈ ਨਿਕਲ ਰਹੀ ਸੀ ਤਾਂ ਐਦਾਂ ਹੀ ਮੈਨੂੰ ਬਜ਼ੁਰਗ ਮਿਲ ਗਏ ਬਜ਼ੁਰਗ ਜਦੋਂ ਮਿਲੇ ਉਹ ਰੋਡ ਤੇ ਬੈਠੇ ਹੋਏ ਸੀਗੇ ਤੇ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਮੈਂ ਰੋਕਿਆ ਕਿਉਂਕਿ ਸਭ ਨਿਕਲ ਰਹੇ ਸੀ ਸਾਰੇ ਲੇਕਿਨ ਮੈਂ ਜਦੋਂ ਉਹਨਾਂ ਨੂੰ ਦੇਖਿਆ ਕਿ ਕੋਈ ਮਤਲਬ ਵੀ ਬੈਠੇ ਹੋਏ ਆ ਚੁੱਪਚਾਪ ਕੋਈ ਹੈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕਿ ਅ ਮਤਲਬ ਅੰਕਲ ਜੀ ਤੁਹਾਨੂੰ ਕੁਝ ਚਾਹੀਦਾ ਹੈ ਵੀ ਤੁਸੀਂ ਇਕੱਲੇ ਬੈਠੇ ਹੋ ਤੁਹਾਡਾ ਘਰ ਕਿੱਥੇ ਹੈ ਵੀ ਟਾਈਮ ਦੇਖੋ ਕੀ ਹੋ ਰਿਹਾ ਹੈਗਾ ਤੇ ਉਹਨੇ ਇੱਕਦਮ ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਘਰ ਹੁੰਦਿਆਂ ਹੋਇਆ ਵੀ ਮੇਰਾ ਘਰ ਨਹੀਂ ਹੈ ਅੱਛਾ ਜਦੋਂ ਉਹਨਾਂ ਨੇ ਇਹ ਵਰਡ ਕਿਹਾ ਤੇ ਮੈਂ ਇੱਕਦਮ ਮਤਲਬ ਮੈਂ ਸੋਚ ਚ ਪੈ ਗਈ ਤੇ ਮੈਂ ਪਹਿਲਾਂ ਤਾਂ ਸੋਚਿਆ ਮੈਂ ਕਿ ਚਲੋ ਘਰ 'ਚ ਸੋ ਝਗੜੇ ਹੁੰਦੇ ਨੇ ਜਿਵੇਂ ਵੀ ਹੈ ਮੈਂ ਉਸ ਗੱਲ ਨੂੰ ਥੋੜਾ ਲਾਈਟਲੀ ਲੈ ਗਈ। ਜੀ ਲੇਕਿਨ ਜਦੋਂ ਮੈਂ ਸਕੂਲ ਤੋਂ ਆਣ ਤੋਂ ਮੈਂ ਮੁੜ ਗੁਰਦੁਆਰੇ ਚੱਲੀ ਤਾਂ ਉਹ ਫੇਰ ਉਸੇ ਜਗ੍ਹਾ ਤੇ ਮੈਨੂੰ ਬੈਠੇ ਨੇ ਲੇ। ਮੈਂ ਜਦੋਂ ਫੇਰ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਕਿ ਅੰਕਲ ਜੀ ਮੈਂ ਤੁਹਾਨੂੰ ਸਵੇਰ ਤੋਂ ਦੇਖ ਰਹੀ ਆਂ ਵੀ ਤੁਸੀਂ ਮੈਂ ਜਦੋਂ ਸਕੂਲ ਗਈ ਆਂ ਉਦੋਂ ਵੀ ਇੱਥੇ ਬੈਠੇ ਜਦੋਂ ਮੈਂ ਵਾਪਸ ਆਈ ਆਂ ਫੇਰ ਤੁਸੀਂ ਉੱਥੇ ਬੈਠੇ ਹੁਣ ਮੈਂ ਸ਼ਾਮ ਨੂੰ ਜਦੋਂ ਗਈਂ ਤੁਸੀਂ ਫੇਰ ਤੁਸੀਂ ਮੈਨੂੰ ਕੁਝ ਗੱਲ ਦੱਸੋਗੇ। ਜਦੋਂ ਉਹਨਾਂ ਨੇ ਇੱਕਦਮ ਉਹਨਾਂ ਦੇ ਮਤਲਬ ਮੈਂ ਦੱਸ ਨਹੀਂ ਸਕਦੀ ਜਦੋਂ ਉਹਨਾਂ ਦਾ ਫੇਸ ਮੇਰੇ ਅੱਗੇ ਜਦੋਂ ਇੱਕਦਮ ਉਹਨਾਂ ਦੇ ਹੱਥ ਰੂ ਗਿਰੇ ਤੇ ਮੈਂ ਜਦੋਂ ਪੁੱਛਿਆ ਮੈਂ ਕਿਹਾ ਵੀ ਤੁਸੀਂ ਮਤਲਬ ਇਹ ਕਿਉਂ ਤੁਸੀਂ ਰੋਏ ਤੇ ਕਹਿੰਦੇ ਕਿ ਔਲਾਦ ਦਵੇ ਪਰਮਾਤਮਾ ਪਰ ਸਭ ਨੂੰ ਚੰਗੀ ਦਵੇ ਪਰ ਸੋਚ ਚੰਗੀ ਦਵੇ ਕਿਸੇ ਨੂੰ ਇਦਾਂ ਦੀ ਮਾੜੀ ਔਲਾਦ ਨਾ ਦਵੇ ਮੈਂ ਕਿਹਾ ਮੈਂ ਕਿ ਇਦਾਂ ਦੀ ਕੀ ਗੱਲ ਹੋ ਗਈ ਮੈਂ ਕਿਹਾ ਮੈਂ ਉਦੋਂ ਤੱਕ ਉਹਨਾਂ ਦੀ ਮਤਲਬ ਡੂੰਘਾਈ ਤੱਕ ਨਹੀਂ ਪਹੁੰਚ ਪਾਈ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਅੰਕਲ ਜੀ ਕੋਈ ਗੱਲ ਨਹੀਂ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਮੈਂ ਮੈਂ ਸੋਚਿਆ ਕੋਈ ਗਲਤੀ ਹੋਈ ਹੋਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਤੁਸੀਂ ਉਹਨਾਂ ਨੂੰ ਮaaf ਕਰ ਦਿਓ ਮੈਂ ਕਿਹਾ ਐਜ਼ ਅ ਪੇਰੈਂਟਸ ਆਪਾਂ ਕਰਦੇ ਹੀ ਆ ਹੈਨਾ ਤੇ ਉਹ ਕਹਿੰਦੇ ਕਿ ਉਹ ਗਲਤੀ ਮaaf ਕਰਨ ਲਾਇਕ ਨਹੀਂ ਹੈ ਪੁੱਤਰ ਜੀ ਉਹ ਗਲਤੀ ਇਦਾਂ ਦੀ ਹੈਗੀ ਆ ਕਿ ਮਤਲਬ ਵੀ ਅੱਜ ਮੈਂ ਸਭ ਕੁਝ ਆਪਣਾ ਖਤਮ ਕਰ ਚੁੱਕਿਆ ਜਿਨ੍ਹਾਂ ਲਈ ਮੈਂ ਸਟੈਂਡ ਕੀਤਾ ਸੀ ਤੇ ਅੱਜ ਮੇਰੇ ਕੋਲ ਕੁਝ ਵੀ ਨਹੀਂ ਹੈ ਤੇ ਮੈਂ ਜਦੋਂ ਇਹ ਗੱਲ ਵੀ ਕਿਹਾ ਕੁਝ ਵੀ ਨਹੀਂ ਹੈ ਮਤਲਬ ਕਿ ਇਦਾਂ ਮੈਂ ਤੁਹਾਡੀ ਗੱਲ ਨਹੀਂ ਸਮਝੀ ਕਹਿੰਦੇ ਹੁਣ ਜੇ ਤੂੰ ਮੇਰਾ ਹਾਲ ਪੁੱਛਣ ਹੀ ਲੱਗੀ ਐ ਨਾ ਤਾਂ ਸੁਣ ਮੇਰੀ ਗੱਲ ਜਦੋਂ ਚਲੋ ਮੈਂ ਬੈਠ ਗਈ ਮੈਂ ਉਹਨਾਂ ਨੂੰ ਕਿਹਾ ਨਹੀਂ ਅਪਾ ਇੱਥੇ ਰੋਡ ਤੇ ਨਹੀਂ ਬੈਠਦੇ ਤੁਸੀਂ ਚਲੋ ਪਹਿਲਾਂ ਕੁਝ ਸੇਦਾ ਕੁਝ ਖਾਦਾ ਨਹੀਂ ਐ ਤੁਸੀਂ ਚਲੋ ਪਹਿਲਾਂ ਆਪਾਂ ਕੁਝ ਖਾਂਦੇ ਹਾਂ ਮੈਂ ਉਹਨਾਂ ਨੂੰ ਕਿਹਾ ਚਲੋ ਤੁਸੀਂ ਮੇਰੇ ਨਾਲ ਘਰ ਚੱਲੋ ਕਹਿੰਦੇ ਨਹੀਂ ਘਰ ਤੋਂ ਹੁਣ ਮੈਨੂੰ ਮੇਰਾ ਘਰ ਦਾ ਨਾਂ ਤਾਂ ਮੈਨੂੰ ਹੁਣ ਕਹਿੰਦੇ ਇਦਾਂ ਲੱਗਦਾ ਕਿ ਮੇਰੇ ਲਈ ਪਰਾਇਆ ਹੋ ਗਿਆ ਅੱਛਾ ਮੈਂ ਚੁੱਪ ਹੋ ਗਈ ਮੈਂ ਕਿਹਾ ਚਲੋ ਆਪਾਂ ਕਿਤੇ ਚੱਲਦੇ ਹਾਂ ਕਿਤੇ ਬਾਹਰ ਬਹਿ ਜਨ ਨੇ ਚਾਹ ਪੀ ਲੈਣੇ ਕਿਤੇ ਕੁਝ ਤਾਂ ਤੁਸੀਂ ਖਾਓ ਚਲੋ ਜਦੋਂ ਇਹ ਚੀਜ਼ਾਂ ਸਾਰੀਆਂ ਹੋ ਤੇ ਜਦੋਂ ਉਹਨਾਂ ਨੇ ਰੋਕ ਹੀ ਮੈਨੂੰ ਇਹ ਗੱਲ ਦੱਸੀ ਕਿ ਮਤਲਬ ਵੀ ਮੈਂ ਕਹਿੰਦੇ ਬੜਾ ਖੁਸ਼ ਸੀ ਕਿ ਮੇਰਾ ਬੇਟਾ ਇੰਨਾ ਪੜ੍ਹ ਲਿਖ ਕੇ ਇੱਕ ਜਗ੍ਹਾ ਤੇ ਸਟੈਂਡ ਹੋ ਗਿਆ ਤੇ ਕਹਿੰਦੇ ਉਸ ਤੋਂ ਬਾਅਦ ਮੈਰिज ਹੋਈ ਸਭ ਖੁਸ਼ ਹੋਇਆ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਇਹ ਸਾਰੀਆਂ ਗੱਲਾਂ ਚੱਲੀਆਂ ਉਸ ਤੋਂ ਬਾਅਦ ਦੇਖਿਆ ਕਿ ਜਦੋਂ ਕਹਿੰਦੇ ਮੇਰੇ ਮਨ ਚ ਹੋਇਆ ਵੀ ਚਲੋ ਠੀਕ ਹੈ ਸਭ ਕੁਝ ਤਾਂ ਸੈਟ ਹੈਗਾ ਮੈਂ ਕੀ ਲੈਣਾ ਮੈਂ ਆਪਣੀ ਜਿਹੜੀ ਜ਼ਿੰਦਗੀ ਹੈ ਮੈਂ ਆਪਣਾ ਸਾਰਾ ਕੁਝ ਠੀਕ ਕਰਨਾ ਹੈ ਤੇ ਉਹਨਾਂ ਨੇ ਕੀ ਕੀਤਾ ਕਿ ਜਿੰਨੀ ਵੀ ਆਪਣੀ ਉਹਨਾਂ ਦੀ ਪ੍ਰਾਪਰਟੀ ਸੀਗੀ ਉਹਨਾਂ ਨੇ ਆਪਣੇ ਬੇਟੇ ਦੇ ਨਾਂ ਤੇ ਲਗਾ ਦਿੱਤੀ ਹੂੰ ਤੇ ਬੇਟੀ ਦੇ ਨਾਂ ਤੇ ਤੇ ਮਤਲਬ ਉਹ ਸਾਰੀਆਂ ਜਦੋਂ ਮੈਂ ਉਹਨਾਂ ਨੇ ਕੀਤਾ ਤਾਂ ਉਸ ਤੋਂ ਬਾਅਦ ਮੈਂ ਪੁੱਛੇ ਮੈਂ ਕਿ ਤੁਸੀਂ ਜਦੋਂ ਸਾਰੀਆਂ ਆਪਣਾ ਲਗਵਾ ਦਿੱਤੀਆਂ ਹੈਗੀਆਂ ਤੇ ਫਿਰ ਤੁਸੀਂ ਅੱਜ ਬਾਹਰ ਕਿਉਂ ਹੈਗੀਆਂ ਹੈਨਾ ਤੇ ਮਤਲਬ ਤੁਸੀਂ ਦੱਸੋ ਤਾਂ ਸਹੀ ਵੀ ਗੱਲ ਕੀ ਹੈ ਤੇ ਕਹਿੰਦੇ ਮੇਤੋਂ ਆਹੀ ਤਾਂ ਗਲਤੀ ਹੋ ਗਈ ਕਿ ਮੈਂ ਸਭ ਕੁਝ ਮੈਂ ਤਾਂ ਜਿਨ੍ਹਾਂ ਨੂੰ ਇੱਕ ਐਜ਼ ਆ ਫਾਦਰ ਜੋ ਮੇਰਾ ਫਰਜ਼ ਪੰਡਦਾ ਸੀ ਮੈਂ ਸਾਰਾ ਕੁਝ ਦੇ ਚੁੱਕਿਆ ਹਾਂ ਲੇਕਿਨ ਕੀ ਬੱਚਿਆਂ ਦਾ ਫਰਜ਼ ਨਹੀਂ ਪੰਡਦਾ ਸੀ ਮੈਂ ਅੱਜ ਉਹਨਾਂ ਨੂੰ ਇਸ ਲੈਵਲ ਤੱਕ ਲੈ ਕੇ ਆਇਆ ਤਾਂ ਮੇਰਾ ਕੋਈ ਫਰਜ਼ ਨਹੀਂ ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਹੋਣ ਤੋਂ ਬਾਅਦ ਜਦੋਂ ਮੈਂ ਦੇਖਿਆ ਮੈਂ ਕਿ ਇਹ ਤਾਂ ਸਾਰਾ ਕਿੱਸਾ ਹੀ ਖਤਮ ਹੋ ਗਿਆ ਫਿਰ ਉਹਨਾਂ ਨੂੰ ਮੈਂ 올ਡ ਏਜ ਹੋਮ ਛੱਡਿਆ ਪਹਿਲਾਂ ਉੱਥੇ ਮੈਂ ਗੱਲ ਕੀਤੀ ਕਿਉਂਕਿ 올ਡ ਏਜ ਹੋਮ ਵਾਲੇ ਵੀ ਕਈ ਆਪਣੀਆਂ ਰੂਲ ਰੈਗੂਲੇਸ਼ਨਸ ਹੁੰਦੇ ਨੇ ਉਹ ਵੀ ਪਹਿਲਾਂ ਸਾਰਾ ਕੁਝ ਦੇਖਦੇ ਨੇ ਪਰ ਮੈਂ ਉਹਨਾਂ ਦੀ ਮਿਹਨਤ ਕੀਤੀ ਕਿ ਨਹੀਂ ਤੁਸੀਂ ਅੱਜ ਦਾ ਦਿਨ ਲੱਕੋ ਜੋ ਫਾਰਮੈਲਿਟੀਆਂ ਨੇ ਆਪਾਂ ਬਾਅਦ ਵਿੱਚ ਪੂਰੀਆਂ ਕਰਾਂਗੇ ਚਲੋ ਉਹਨਾਂ ਨੂੰ ਉੱਥੇ ਛੱਡਿਆ ਅਗਲੇ ਦਿਨ ਸਾਰੀ ਫਾਰਮੈਲਿਟੀਜ਼ ਹੋਈ ਚਲੋ ਸਾਰਾ ਕੁਝ ਠੀਕ ਹੋਣ ਤੋਂ ਬਾਅਦ ਤੇ ਆਹ ਹੌਲੀ ਹੌਲੀ ਕਹਿੰਦੇ ਨੇ ਕਿ ਬਜ਼ੁਰਗਾਂ ਵਾਲ ਸ਼ੁਰੂ ਹੋਏ ਪਹਿਲਾਂ ਗਰਲ ਚੈਡ ਨੂੰ ਲੈ ਕੇ ਫਿਰ ਬਜ਼ੁਰਗਾਂ ਦਾ ਸ਼ੁਰੂ ਕੀਤਾ ਕਿ ਨਹੀਂ ਬਜ਼ੁਰਗਾਂ ਲਈ ਵੀ ਆਪਾਂ ਨੂੰ ਕਿਉਂਕਿ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਸਟੈਂਡ ਕਰ ਰਹੇ ਆ ਅਸੀਂ ਸਟੱਡੀ ਕੀਤੀ ਸਭ ਕੁਝ ਕੀਤਾ ਇੱਕ ਇੱਕ ਲੈਵਲ ਤੇ ਪਹੁੰਚੇ ਆ ਸਾਰਾ ਕੁਝ ਤਾਂ ਇੱਕ ਚੰਗਾ ਹੁੰਦਾ ਕਿ ਬਜ਼ੁਰਗਾਂ ਨੂੰ ਇਦਾਂ ਨਹੀਂ ਰੋਲਣਾ ਚਾਹੀਦਾ ਸਾਰਾ ਕੀਤਾ ਉਸ ਤੋਂ ਬਾਅਦ ਚਲੋ ਜੀ ਮੈਨੂੰ ਇਹ ਸਾਰੀਆਂ ਚੀਜ਼ਾਂ ਚਲਦੀਆਂ ਗਈਆਂ ਚਲਦੀਆਂ ਗਈਆਂ ਉਸ ਤੋਂ ਬਾਅਦ ਜਦੋਂ ਮੈਨੂੰ ਫਰਸਟ ਅਵਾਰਡ ਦਾ ਮੈਨੂੰ ਆਇਆ ਤੇ ਸੰਗਰੂਰ ਦੇ ਵਿੱਚ ਔਰ ਤੁਸੀਂ ਮੰਨੋਗੇ ਮੈਨੂੰ ਉਸ ਵੇਲੇ ਬੜਾ ਖੁਸ਼ੀ ਵੀ ਮਿਲੀ ਕਿ ਜਿਨ੍ਹਾਂ ਬਜ਼ੁਰਗਾਂ ਦੇ ਲਈ ਮੈਂ ਕੀਤਾ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਉਹਨਾਂ ਦੇ ਹੀ ਵਿਰਧ ਆਸ਼ਰਮ ਦੇ ਵਿੱਚ ਮੈਨੂੰ ਅ ਮਤਲਬ ਅਵਾਰਡ ਮਿਲਿਆ ਅੱਛਾ ਇਹ ਸਾਰੇ ਅਵਾਰਡ ਤੁਹਾਡੀ ਇਹ ਸਾਰੇ ਅਵਾਰਡ ਹਾਂਜੀ ਇਹ ਕਹਿੰਦੇ ਨੇ ਕਿ ਇਹ ਮੇਰੇ ਲਈ ਉਹਨਾਂ ਬਜ਼ੁਰਗਾਂ ਦੀ ਆਸ਼ੀਰਵਾਦ ਨੇ ਸਭ ਦਾ ਆਸ਼ੀਰਵਾਦ ਹੈ ਕਿ ਜੇ ਮੈਂ ਕੋਈ ਕੰਮ ਸ਼ੁਰੂ ਕੀਤਾ ਤਾਂ ਇੱਕ ਉਹਨਾਂ ਦੀ ਬਦੌਲਤ ਉਹ ਕਹਿੰਦੇ ਨੇ ਕਿ ਦੁਨੀਆ 'ਚ ਜਿਵੇਂ ਕਹਿੰਦੇ ਨੇ ਕਿ ਥੋੜੀ ਛੋਟੀ ਜਗ੍ਹਾ ਦੇ ਵਿੱਚ ਨਾਂ ਬਣਿਆ ਕਿ ਕਰਨਜੀਤ कौर ਹੈਗੀ ਐ ਜੋ ਮੋਹਾਲੀ ਰਹਿੰਦੇ ਨੇ ਆ ਕੰਮ ਇਦਾਂ ਕਰਦੇ ਨੇ ਤੇ ਆਪਣੇ ਮੰਮਾ ਦਾ ਵੀ ਸੁਪਨਾ ਤੁਸੀਂ ਪੂਰਾ ਕੀਤਾ ਪੂਰਾ ਕੀਤਾ ਤੇ ਉਹ ਮਨੂਿਕ ਸਕੂਨ ਵੀ ਮਿਲਿਆ ਇਦਾਂ ਕਰਦੇ ਕਰਦੇ ਸਾਰਾ ਕੁਝ ਮਤਲਬ ਅਵਾਰਡ ਮਿਲਦੇ ਗਏ ਇੱਕ ਮਨ ਨੂੰ ਇੱਕ ਹੋਰ ਵੀਲ ਪਾਵਰ ਸਟਰੋਂਗ ਹੁੰਦੀ ਰਹੀ ਪਰ ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਕੋਈ ਜੁੜ ਨਹੀਂ ਰਿਹਾ ਨਾਲ ਬਹੁਤ ਸਾਰੇ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਬਹੁਤ ਸਾਰੇ ਐਨ ਜੀਓਸ ਖੁੱਲੇ ਹੋਏ ਨੇ ਸਭ ਕੁਝ ਨਹੀਂ ਲੇਕਿਨ ਕਈ ਆਜੰਦਾ ਕੀ ਨਹੀਂ ਜੀ ਪਤਾ ਨਹੀਂ ਪੈਸਾ ਜਾ ਰਿਹਾ ਹੈ ਨਹੀਂ ਜਾ ਰਿਹਾ ਲੇਕਿਨ ਜੋ ਮੇਰਾ ਹੈ ਮੈਂ ਇੱਕ ਐਪ ਵੀ ਤੇ ਆਪਣਾ ਪੇਜ ਲਾਂਚ ਕੀਤਾ ਹੈ ਸਾਥੀ ਫਾਊਂਡੇਸ਼ਨ ਦੇ ਨਾਂ ਤੇ ਮੈਂ ਫਿਰ ਹੌਲੀ ਹੌਲੀ ਉਹ ਸ਼ੁਰੂ ਕੀਤਾ ਸਾਥੀ ਫਾਊਂਡੇਸ਼ਨ ਜੋ ਵੀ ਅਗਰ ਕੋਈ ਮੇਰੇ ਨਾਲ ਜੁੜਦਾ ਹੈ ਤੇ ਆਪਾਂ ਉਸ ਬੱਚੇ ਦੀ ਜਿਹਨੇ ਵੀ ਐਜੂਕੇਸ਼ਨ ਅਡਾਪਟ ਕਰਨੀ ਆਪਾਂ ਉਸ ਬੱਚੇ ਨੂੰ ਡਾਇਰੈਕਟ ਉਹਦੇ ਨਾਲ ਮਿਲਾ ਦਿੰਦੇ ਕਿ ਤੁਸੀਂ ਉਹ ਪੈਸਾ ਉੱਥੇ ਦਿਓ ਤੁਸੀਂ ਪਹਿਲਾਂ ਨਹੀਂ ਸੋਚਿਆ ਇਸ ਬਾਰੇ ਕਿਉਂਕਿ ਤੁਸੀਂ ਜਿਵੇਂ ਕਿ ਦੱਸਿਆ ਫਰਸਟ ਜਿਹੜੀ ਤੁਸੀਂ ਇਦਾਂ ਹੈਲਪ ਕੀਤੀ ਸੀਗੀ ਉਹ ਫੇਸਬੁੱਕ ਦੇ ਥਰੂ ਹੀ ਕੀਤੀ ਸੀਗੀ ਤੇ ਪਹਿਲਾਂ ਨਹੀਂ ਸੋਚਿਆ ਵੀ ਪਹਿਲਾਂ ਹੀ ਕਿਉਂ ਨਾ ਸੋਸ਼ਲ ਮੀਡੀਆ ਦਾ ਸਹਾਰਾ ਲਈ ਤੇ ਜਾਵੇ ਇਹ ਮੈਂ ਬੜਾ ਸੋਚ ਕਹਿੰਦੇ ਨੇ ਕਿ ਇਹ ਬਾਅਦ ਵਿੱਚ ਸੋਚਿਆ ਮੈਂ ਸੋਚਦੀ ਸੀ ਕਿ ਜਿਵੇਂ ਦੇ ਅਸੀਂ ਹੈਗੇ ਸ਼ਾਇਦ ਆਪਣੇ ਇੱਥੇ ਇੰਡੀਆ ਦੇ ਵਿੱਚ ਵੀ ਹਜੇ ਇਦ ਹੋਣਗੀ ਜੋ ਹੈਲਪ ਦੇ ਲਈ ਅੱਗੇ ਆਉਣਗੇ ਮੇਰੇ ਖਿਆਲ ਨਾਲ ਇਹ ਅਸੀਂ ਗਲਤੀ ਕਰ ਲਈਏ ਇੱਕ ਗਲਤੀ ਇਹ ਗਲਤੀ ਹੋ ਗਈ ਲੇਕਿਨ ਫਿਰ ਉਸ ਗਲਤੀ ਦਾ ਮੈਂ ਇਹ ਕਹਿੰਦੀ ਹਾਂ ਕਿ ਜੇ ਉਸ ਟਾਈਮ ਉਹ ਗਲਤੀ ਲੇਕਿਨ ਜਦੋਂ ਮੈਂ ਸੋਸ਼ਲ ਮੀਡੀਆ ਦਾ ਸਾਰਾ ਲਿਆ ਅੱਜ ਮੈਂ ਸੋਸ਼ਲ ਮੀਡੀਆ ਨੂੰ ਹੈਡ ਸੌਫਟ ਕਹੂੰਗੀ ਕਿ ਕਈ ਕਹਿੰਦੇ ਨੇ ਨਾ ਕਿ ਇਦਾਂ ਦੀ ਖਬਰ ਆ ਇਦਾਂ ਦੀ ਖਬਰ ਆ ਲੇਕਿਨ ਨਹੀਂ ਸੋਸ਼ਲ ਮੀਡੀਆ ਬਹੁਤ ਫਾਸਟ ਹੈ ਕਿ ਜਿਹੜਾ ਦੁਨੀਆ ਤੱਕ ਗੱਲ ਪਹੁੰਚ ਜਾਂਦਾ ਹੈ ਆਪਣੀ ਜਿਨ੍ਹਾਂ ਨੂੰ ਮਦਦ ਦੀ ਗੁਹਾਰ ਹੁੰਦੀ ਹੈ ਉਹ ਸਾਰੇ ਮਤਲਬ ਮਿਲ ਜਾਂਦੇ ਨੇ ਹੈਨਾ ਕਾਫੀ ਵਧੀਆ ਵੀ ਆਪਣਾ ਇੱਕ ਸਰਕਲ ਬਣਿਆ ਇਦਾਂ ਹੀ ਕਰਦੇ ਕਰਦੇ ਫਿਰ ਮੈਂ ਸਾਰਾ ਮਤਲ ਤੀਜ ਅਵਾਰਡ ਮਿਲਿਆ ਕਿ ਨਹੀਂ ਇੱਕ ਕੁੜੀ ਦੇ ਮਤਲਬ ਇੱਕ ਕੁੜੀ ਦੇ ਲਈ ਜਦੋਂ ਇਹ ਇਸ ਆੰਦਾ ਹੈਗਾ ਹੈ ਨਾ ਤੇ ਬੜਾ ਖੁਸ਼ੀ ਮਿਲੀ ਕਿ ਇੱਕ ਧੀ ਨੂੰ ਅੱਗੇ ਜਦੋਂ ਲਿਆਕ ਲੈ ਜਾਂਦਾ ਹੈਗਾ ਤੇ ਹੁਣ ਜਦੋਂ ਆਪਾਂ ਕਹਿੰਦੇ ਹੁਣ ਮੈਂ ਜ਼ਿਆਦਾਤਰ ਬੱਚਿਆਂ ਨੂੰ ਬੋਕਸ ਤੇ ਸ਼ੂਜ਼ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਮੈਡੀਸਿਨਸ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਉਹ ਆਪਾਂ ਦੱਸ ਦਈਦਾ ਕਿ ਇਹ ਚੀਜ਼ਾਂ ਚਾਹੀਦੀ ਜਿन्हे ਵੀ ਡੋਨੇਟ ਕਰਨਾ ਹੁੰਦਾ ਆਪਾਂ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਉਸ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਦੇ ਕੇ ਆਓ ਤੇ ਇਸ ਗੱਲ ਦੀ ਬੜੀ ਖੁਸ਼ੀ ਮਿਲਦੀ ਹੈ ਜਦੋਂ ਬਜ਼ੁਰਗ ਕਹਿੰਦੇ ਨੇ ਕਈ ਵਾਰੀ ਨਹੀਂ ਜਾਇਆ ਜਾਂਦਾ ਬਥੇਰੇ ਰੁਜੇਮੀ ਇਦਾਂ ਦੇ ਹੋ ਜਾਂਦੇ ਨਹੀਂ ਨਿਕਲਿਆ ਜਾਂਦਾ ਜੀ ਕਈ ਵਾਰੀ ਸਕੂਲਸ ਦੀਆਂ ਇਦਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਹੁਣ ਕਈ ਵਾਰੀ ਹੋ ਜਾਂਦਾ ਕਿ ਆਪਣਾ ਬੌਸ ਵੀ ਨਰਾਜ਼ ਹੋ ਜਾਂਦਾ ਮੈਂ ਹੀ ਪੁੱਛਣ ਲੱਗੀ ਸੀ ਵੀ ਮੈਨੇਜ ਕਿਵੇਂ ਕਰਦੇ ਕਿਉਂਕਿ ਮੈਂ ਪਰ ਵੀ ਮੈਨੇਜ ਕਰਨਾ ਮੈਨੇਜ ਕਰਨਾ ਇਹ ਤਾਂ ਜੀ ਹੁਣ ਕਹਿੰਦੇ ਨੇ ਕਿ ਜਦੋਂ ਆਪਾਂ ਇੱਕ ਲੀਫ ਫੜ ਲੈਂਦੇ ਆ ਹਨਾ ਇੱਕ ਰਾਹ ਚੁਣ ਲੈਂਦੇ ਆ ਕਿ ਆਪਾਂ ਇਹ ਕੰਮ ਕਰਨਾ ਹੀ ਕਰਨਾ ਫਿਰ ਸਾਰਾ ਕੁਝ ਮੈਨੇਜ ਹੁੰਦਾ ਜਾਂਦਾ ਫਿਰ ਤਾਂ ਕਹਿੰਦੇ ਨੇ ਕਿ ਇੱਕ ਅਗਰ ਚੀਜ਼ ਮਿਲ ਜਾਂਦੀ ਹੈ ਨਾ ਤਾਂ ਉਹ ਲੀ ਤੇ ਚੱਲਣਾ ਪੈਂਦਾ ਉਹੀ ਚੀਜ਼ ਮੈਂ ਗੱਲ ਕਰ ਰਹੀ ਹਾਂ ਕਿ ਸਾਰਾ ਕੁਝ ਮੈਨੇਜ ਕਰਦੇ ਕਈ ਵਾਰੀ ਇਦਾਂ ਦੀਆਂ ਪ੍ਰੋਬਲਮਸ ਵੀ ਕਾਫੀ ਫੇਸ ਕੀਤੀਆਂ ਹਨਾ ਕਿ ਐਪਰੀ ਕਿ ਨ ਇੱਕ ਸਪੋਰਟ ਮਿਲ ਜਾਂਦੀ ਹੈ ਕਿ ਇੱਕ ਜਦੋਂ ਆਪਾਂ ਕੋਈ ਕੰਮ ਕਰਦੇ ਨੇ ਕੋਈ ਐਪਰੀਸ਼ੀਏਟ ਕਰਦੇ ਕਿ ਨਹੀਂ ਇਹ ਕੰਮ ਠੀਕ ਹੈ ਤਾਂ ਆਪਣੇ ਆਪ ਨੂੰ ਹੁੰਦਾ ਕਿ ਰਾਈਟ ਮੈਂ ਠੀਕ ਕੀਤਾ ਕੰਮ ਪਰ ਮੈਂ ਆਪਣੇ ਅੰਤਰਾਤਮਾ ਦੀ ਸੁਣੀ ਮੈਂ ਉਹਲੀ ਕੀਤੀ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਮੈਂ ਅੱਜ ਜੋ ਵੀ ਹਾਂ ਮੈਂ ਆਪਣੇ ਆਪਣੇ ਉਹਦੇ ਕਰਕੇ ਹਾਂ ਕਿ ਮੈਂ ਨਹੀਂ ਮੈਂ ਇਹ ਕੰਮ ਕਰਨਾ ਹੈ ਹੁਣ ਕਈ ਵਾਰੀ ਇਦਾਂ ਦੀਆਂ ਨੇ ਹੁਣ ਜਿਵੇਂ ਆਪਾਂ ਕਹਿ ਦਿੰਦੇ ਕਿ ਕਦੀ ਕਿਤੇ ਇੰਟਰਵਿਊ ਹੋ ਜਾਂਦਾ ਕਦੇ ਕਿਤੇ ਇੰਟਰਵਿਊ ਹੋ ਜਾਂਦਾ ਕਈ ਵਾਰ ਸਕੂਲ ਚ ਵੀ ਇਹ ਸਾਹਮਣਾ ਕਰਨਾ ਪਿਆ ਤਾਂ ਮੈਨੂੰ ਹੁਣ ਰੀਸੈਂਟਲੀ ਹੋਈ ਹੈਗੀ ਇਹ ਇੰਟਰਵਿਊ ਹੈ ਨਾ ਸਕੂਲ ਵੱਲੋਂ ਕੋਈ ਐਪਰੀਸ਼ੀਏਸ਼ਨ ਨਹੀਂ ਸਕੂਲ ਵੱਲੋਂ ਕੋਈ ਐਪਰੀਸ਼ੀਏਸ਼ਨ ਤਾਂ ਨਹੀਂ ਹੈਗੀ ਕਿ ਕਈ ਵਾਰੀ ਨਰਾਜ਼ਗੀ ਹੀ ਮਿਲੀ ਹੈ ਕਿ ਹੁਣ ਤਾਂ ਸੋਚਣਾ ਪਏਗਾ ਹੈ ਨਾ ਅੱਛਾ ਜੀ ਤਾਂ ਆ ਜਾਂਦੀਆਂ ਤੇ ਉੱਥੇ ਮੈਨੂੰ ਬੜਾ ਦੁੱਖ ਲੱਗਿਆ ਮੈਂ ਕਿਹਾ ਕਿ ਸੋਚਣਾ ਕੀ ਪਏਗਾ ਮੈਂ ਕਿਹਾ ਮੈਂ ਤਾਂ ਆਪਣੀ ਰਾਹ ਚੁਣ ਲਈ ਹੈ ਹੈ ਨਾ ਉੱਥੇ ਤਾਂ ਹੁਣ ਸੋਚਣਾ ਕੀ ਹੈਗਾ ਜਦੋਂ ਆਪਾਂ ਇੱਕ ਰਾਹ ਚੁਣ ਲਈ ਹੈ ਉਹ ਚੀਜ਼ਾਂ ਵੀ ਕਾਫੀ ਮਤਲਬ ਐਦਾਂ ਦੀ ਕੁਐਸਚਨ ਵੀ ਆਉਂਦੇ ਕਈ ਵਾਰੀ ਐਦਾਂ ਦੀ ਮਤਲਬ ਘਰਦਿਆਂ ਦੀ ਵੀ ਕਈ ਵਾਰੀ ਨਰਾਜ਼ਗੀ ਸਹੀ ਹੈਗੀ ਹੈ ਨਾ ਕਿ ਘਰਦੇ ਵੀ ਹੁੰਦਾ ਕਿ ਜਦੋਂ ਦੇਖੋ ਕਦੀ ਇੱਧਰ ਚੱਲ ਜਾਂਦੇ ਕਿਤੇ ਉੱਧਰ ਚੱਲ ਜਾਂਦੇ ਹੈ ਨਾ ਤੇ ਹੁਣ ਉਹਨਾਂ ਨੂੰ ਪਤਾ ਕਿ ਆਪਣੀ ਰਾਹ ਚੁਣੀ ਹੋਈ ਹੈ ਤਾਂ ਕੋਈ ਪੁੱਛਣ ਵਾਲਾ ਨਹੀਂ ਹੈਗਾ ਉਹ ਚੀਜ਼ ਚੱਲ ਜਾਂਦੀ ਹੈ ਮਤਲਬ ਉਹਨਾਂ ਨੇ ਕਹਿ ਗਿਆ ਕਿ ਛੱਡਦਾ ਹੁਣ ਛੱਡ ਦਿੱਤਾ ਉਹਨਾਂ ਨੂੰ ਪਤਾ ਕਿ ਇਹਨੇ ਕਰਨਾ ਤਾਂ ਆਪਣਾ ਹੈਗਾ ਕੰਮ ਹੈ ਨਾ ਕੋਈ ਚੰਗਾ ਕੰਮ ਹੈ ਇਹਨਾਂ ਦਾ ਚੰਗਾ ਕੰਮ ਹੈ ਉਹੀ ਚੀਜ਼ ਫਿਰ ਐਦਾਂ ਹੀ ਮੈਂ ਹੌਲੀ ਹੌਲੀ ਇਹ ਸਿਲਸਿਲਾ ਐਦਾਂ ਹੀ ਚੱਲਦਾ ਗਿਆ ਅੱਜ ਆਪਾਂ ਇੱਕ ਜੋੜਿਆ <laughs> <laughs> ਤੇ ਮੈਂ ਕਹੂੰਗੀ ਸੋਸ਼ਲ ਵਰਕਰ ਫਿਰ ਮੈਨੂੰ ਕਈ ਵਾਰੀ ਹੋ ਜਾਂਦਾ ਮੈਂ ਕਿ ਨਹੀਂ ਮੈਂ ਤਾਂ ਇੱਕ ਇਹ ਮਤਲਬ ਕਹਿੰਦੇ ਨੇ ਨਾ ਕਿ ਸੇਵਾ ਹੈ ਕਿ ਬਜ਼ੁਰਗ ਜਿੱਥੇ ਹੈ ਕਿ ਉਹ ਦੁਆਵਾਂ ਦੇਣ ਵੀ ਇਹ ਚੀਜ਼ ਮੈਂ ਉਹਨਾਂ ਦੀ ਦੁਆਵਾਂ ਚਾਹੀਦੀਆਂ ਮੈਨੂੰ ਕਿ ਨਹੀਂ ਉਹਨਾਂ ਦਾ ਅਸ਼ੀਰਵਾਦ ਚਾਹੀਦਾ ਜੋ ਮਤਲਬ ਵੀ ਬਹੁਤ ਕਹਿੰਦੇ ਨੇ ਨਾ ਭਾਗਾ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਮਿਲਦੀਆਂ ਨਹੀਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਜਦੋਂ ਬਜ਼ੁਰਗ ਮੈਨੂੰ ਕਹਿੰਦੇ ਨੇ ਜਦੋਂ ਫੋਨ ਆਉਂਦਾ ਸਪੈਸ਼ਲੀ ਕਿ ਤੁਸੀਂ ਸਾਨੂੰ ਮਿਲਣ ਨਹੀਂ ਆਏ ਹੈਗੇ ਤਾਂ ਮੈਨੂੰ ਬੜਾ ਹੁੰਦਾ ਫਿਰ ਮੈਂ ਕਹਿੰਦੀ ਕਈ ਵਾਰੀ ਰਜ਼ਾਵੇਂ ਹੁੰਦੇ ਨੇ ਫਿਰ ਮੈਂ ਹੁਣ ਜ ਤਾਂ ਉੱਥੇ ਬਾਪੂ ਜੀ ਨੇ ਹੈ ਨਾ ਸਾਡੇ ਮੈਨਾਂ ਨੂੰ ਬਾਪੂ ਜੀ ਕਹਿੰਨੀ ਆ ਤੇ ਉਹਨਾਂ ਦਾ ਫੋਨ ਆਇਆ ਕਹਿੰਦੇ ਧੀਏ ਕੀ ਗੱਲ ਮਿਲਣ ਨਹੀਂ ਆਉਣਾ ਸੀਗਾ ਬਾਪੂ ਨੂੰ ਭੁੱਲ ਗਿਆ ਮੈਂ ਕਿਹਾ ਜੀ ਭੁੱਲੇ ਤਾਂ ਨਹੀਂ ਹੈਗੇ ਮੈਂ ਕਿਹਾ ਕੁਝ ਰੁਝੇਵੇਂ ਇਦਾਂ ਦੇ ਨੇ ਤਾਂ ਬੜਾ ਖੁਸ਼ੀ ਹੋਈ ਉਹਦੋ ਮੈਂ ਕਿਹਾ ਕਈ ਵਾਰੀ ਟਾਈਮ ਨਹੀਂ ਮਿਲਦਾ ਸਕੂਲ ਤੋਂ ਕਈ ਵਾਰੀ ਛੁੱਟੀ ਨਹੀਂ ਹੁੰਦੀ ਕੁਝ ਇਦਾਂ ਦੇ ਹੋ ਗਏ ਨੇ ਤਾਂ ਕਹਿੰਦੇ ਕੋਈ ਨਹੀਂ ਮੈਂ ਆਉਣਾ ਤੇਰੇ ਸਕੂਲ ਹੈ ਨਾ ਤਾਂ ਬੜੀ ਖੁਸ਼ੀ ਮਿਲਦੀ ਕੀ ਮਤਲਬ ਇੱਕ ਹੱਕ ਜਿਤਾਉਂਦੇ ਨੇ ਹੁਣ ਉਹ ਮੇਰੇ ਤੇ ਬਿਲਕੁਲ ਕਿ ਮੈਂ ਉਹਨਾਂ ਦੀ ਬੇਟੀਆਂ ਹੈਨਾ ਮੈਨੂੰ ਬੜੀ ਖੁਸ਼ੀ ਮਿਲੀ ਇਸ ਗੱਲ ਦੀ ਏਦਾਂ ਹੀ ਕਰਦੇ ਕਰਦੇ ਮੈਂ ਜੁੜੀ 올 ਇੰਡੀਆ ਹਿਊਮਨ ਰਾਈਟ ਦੇ ਨਾਲ ਓਕੇ ਹੈਨਾ 올 ਇੰਡੀਆ ਹਿਊਮਨ ਰਾਈਟ ਦੇ ਨਾਲ ਮੈਂ ਜਦੋਂ ਜੁੜੀ ਤੇ ਮੈਂ ਉਹਨਾਂ ਨੇ ਇਨਵਾਈਟ ਕੀਤਾ ਸਾਨੂੰ ਕਲਕੱਤਾ ਅੱਛਾ ਠੀਕ ਹੈ ਉੱਥੇ ਮੈਂ ਜਾ ਕੇ ਆਈ ਕਲਕੱਤਾ ਤੇ ਉੱਥੇ ਉਹਨਾਂ ਨੇ ਸਾਨੂੰ ਸਾਨੂੰ ਓਨਰ ਕੀਤਾ ਹੈਨਾ ਤੇ ਉਹਨਾਂ ਨੇ ਕੰਮ ਦੇਖਿਆ ਕਿ ਅੱਛਾ ਕੰਮ ਕਰ ਰਹੇ ਹੈਗੇ ਆ ਪਰ ਮੇਰੇ ਮਨ ਚ ਥੋੜਾ ਜਿਹਾ ਸੀ ਮੈਂ ਕਿ ਚਲੋ ਓਨਰ ਤਾਂ ਉਹਨਾਂ ਨੇ ਸਾਨੂੰ ਕੀਤਾ ਮੈਂ ਦੇਖਾਂ ਤਾਂ ਸਹੀ ਕੀ ਕੀ ਕੰਮ ਕਰ ਰਹੇ ਨੇ ਤੇ ਮੈਂ ਜਦੋਂ ਉਹਨਾਂ ਦਾ ਕੰਮ ਦੇਖਿਆ ਨਾ ਤਾਂ ਉੱਥੇ ਦੇ ਚੇਅਰਪਰਸਨ ਜਿਹੜੇ ਹੈਗੇ ਸੀ ਚੇਅਰਮੈਨ ਹੈਨਾ ਬੂੰਬਾ ਜੀ ਤੇ ਬੜਾ ਅੱਛਾ ਕੰਮ ਕਰ ਰਹੇ ਨੇ ਉਹ ਫੂਡ ਬੈਂਕ ਦਾ ਇੱਕ ਚੇਨ ਬਣਾਈ ਹੋਈ ਹੈ ਸਾਊਥ ਦੇ ਵਿੱਚ ਅੱਛਾ ਤੇ ਬੜਾ ਵਧੀਆ ਲੱਗਿਆ ਉਹਨਾਂ ਦਾ ਮੈਨੂੰ ਦੇਖ ਕੇ ਤਾਂ ਮੈਂ ਸੋਚੇ ਮੈਂ ਕਿਹਾ ਮੈਂ ਤਾਂ ਆਲਰੇਡੀ ਇਹ ਕੰਮ ਕਰ ਰਹੀ ਹਾਂ ਤਾਂ ਇਹ ਜਿਹੜੇ ਮਤਲਬ ਕਿ ਮੈਂ ਫੂਡ ਬੈਂਕ ਜਿਹੜੇ ਜਿਨ੍ਹਾਂ ਕੋਲ ਇੱਕ ਪੈਸੇ ਤੱਕ ਨਹੀਂ ਹੁੰਦੇ ਬਹੁਤ ਮਤਲਬ ਬਹੁਤ ਲੋਅਰ ਚ ਚਲੇ ਜਾਂਦੇ ਆ ਖਾਣ ਤੱਕ ਦੇ ਪੈਸੇ ਨਹੀਂ ਆ ਕੱਪੜਾ ਤੱਕ ਨਹੀਂ ਆ ਉਹਨਾਂ ਨੂੰ ਸਾਰਾ ਕੁਝ ਪ੍ਰੋਵਾਈਡ ਕਰਦੇ ਨੇ ਔਰ ਮਤਲਬ ਵੀ ਮੈਂ ਕਹਿੰਦੀ ਆ ਕਿ ਮਤਲਬ ਕਈ ਵਾਰੀ ਤਾਂ ਮੈਂ ਜਦੋਂ ਮੈਂ ਹੁਣ ਜਾ ਕੇ ਦੇਖਿਆ ਨਾ ਤਾਂ ਮੈਂ ਖੁਦ ਹੈਰਾਨ ਹੋ ਗਈ ਔਰ ਮੈਂ ਦੇਖ ਰਹੀ ਹਾਂ ਕਿ ਮਤਲਬ ਵੀ ਜਾ ਰਹੇ ਹੈਗੇ ਕਿ ਕਿੰਨੇ ਲੋਕ ਐਦਾਂ ਦੇ ਨੇ ਜਿਹੜੇ ਬੇਰੋਜ਼ਗਾਰ ਤਾਂ ਹੈਗੇ ਆ ਖਾਣ ਲਈ ਪੈਸੇ ਨਹੀਂ ਔਰ ਕੁੱਖੇ ਬੈਠੇ ਆ ਸੜਕਾਂ ਤੇ ਉਹ ਦੇਖ ਕੇ ਮਨ ਨੂੰ ਥੋੜਾ ਹੋਰ ਉਹ ਹੋ ਰਿਹਾ ਸੀਗਾ ਉਹ ਚੀਜ਼ਾਂ ਦੇਖੀਆਂ ਤਾਂ ਮਨ ਨੂੰ ਇੱਕ ਸਕੂਨ ਮਿਲਿਆ ਕਿ ਮੈਂ ਹਿਊਮਨ ਰਾਈਟ ਨਾਲ ਜੁੜੀ ਇੱਕ ਚੰਗਾ ਉਹਦੇ ਉਹ ਵੀ ਸੋਸ਼ਲ ਵਰਕ ਬਹੁਤ ਵਧੀਆ ਕਰ ਰਹੇ ਆ ਜੁੜੀ ਮੈਂ ਇੱਥੇ ਪੰਜਾਬ ਦੇ ਚੇਅਰਮੈਨ ਜਰਨੈਲ ਸਿੰਘ ਪੁੱਤਰ ਅੱਛਾ ਮੈਂ ਉਹਨਾਂ ਦੇ ਥਰੂ ਜੁੜੀ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਹੈ ਨਾ ਉਹਨਾਂ ਨੇ ਮੈਨੂੰ ਦੇਖਿਆ ਕਿ ਸੋਸ਼ਲ ਮੀਡੀਆ ਤੇ ਇਹ ਸਾਰੀਆਂ ਖਬਰਾਂ ਦਿਨ ਪਰ ਦਿਨ ਆ ਰਹੀਆਂ ਨੇ ਉਹਨਾਂ ਨੇ ਮੈਨੂੰ ਕੰਟੈਕਟ ਜਦੋਂ ਕੀਤਾ ਤੇ ਪਹਿਲਾਂ ਤਾਂ ਮੈਂ ਸੋਚ ਚ ਪੈ ਗਈ ਹੈ ਨਾ ਤੇ ਪਰ ਉਹ ਇੰਨੇ ਕੱਚੇ ਇਨਸਾਨ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਕਿਹਾ ਆਪਣੀ ਫੈਮਿਲੀ ਨੂੰ ਪੁੱਛੋ ਅੱਛਾ ਤੇ ਇਹ ਚੀਜ਼ ਜਦੋਂ ਉਹਨਾਂ ਨੇ ਕਹੀ ਹੈ ਨਾ ਫੈਮਿਲੀ ਨੂੰ ਪੁੱਛੋ ਤੇ ਉਥੋਂ ਬੰਦੇ ਦਾ ਪਤਾ ਲੱਗ ਜਾਂਦਾ ਹੈ ਕਿ ਮਤਲਬ ਵੀ ਇੱਕ ਚੰਗਾ ਨੇਕ ਇਨਸਾਨ ਅਗਰ ਇਹ ਗੱਲ ਕਹਿ ਰਿਹਾ ਤਾਂ ਕੋਈ ਚੰਗਾ ਹੀ ਕੰਮ ਕਰ ਰਿਹਾ ਜੀ ਮੈਂ ਫਿਰ ਆਪਣਾ ਡਿਸੀਜਨ ਲੈਂਦਾ ਪਹਿਲੇ ਕੁਝ ਹੋਇਆ ਵੀ ਐਦਾਂ ਕਿ ਨਹੀਂ ਕਰਨਾ ਨਹੀਂ ਕਰਨਾ ਕਈਆਂ ਨੇ ਕਿਹਾ ਵੀ ਨਹੀਂ ਜੁੜਨਾ ਨਹੀਂ ਜੁੜਨਾ ਕੁਝ ਆਪਣੇ ਹੀ ਸੀਗੇ ਐਦਾਂ ਦੇ ਕਿ ਨਹੀਂ ਜੁੜਨਾ ਪਰ ਉੱਥੇ ਵੀ ਉਹੀ ਗੱਲ ਆ ਜਾਂਦੀ ਕਿ ਇੱਕ ਜਦੋਂ ਰਾਹ ਚੁਣ ਲੈਂਦੇ ਆ ਨਾ ਆਪਾਂ ਤਾਂ ਮੈਂ ਉਹੀ ਸੋਚਿਆ ਕਿ ਨਹੀਂ ਮੈਂ ਆਪਣੀ ਰਾਹ ਚੁਣ ਲਈ ਹੈ ਹੈਨਾ ਮੈਂ ਉਹ ਰਾਹ ਚੁਣੀ ਤੇ ਮੈਂ ਉਹਨਾਂ ਦੇ ਕੰਟੈਕਟ ਚ ਮੈਂ ਉਹਨਾਂ ਨੂੰ ਕਿਹਾ ਮੈਂ ਜਦੋਂ ਉਹਨਾਂ ਨੂੰ ਕਾਲ ਕੀਤੀ ਹੈਨਾ ਮੈਂ ਕਿਹਾ ਜੀ ਸਰ ਮੈਂ ਤੁਹਾਡੇ ਨਾਲ ਜੁੜਨ ਨੂੰ ਰੈਡੀ ਆ ਤੇ ਬੜਾ ਵਧੀਆ ਲੱਗਿਆ ਅੱਜ ਅਗਰ ਕੋਈ ਵੀ ਪ੍ਰੋਬਲਮ ਆਂਦੀ ਹੈ ਕੁਝ ਵੀ ਆਂਦਾ ਤਾਂ ਮੈਂ ਉਹਨਾਂ ਨੂੰ ਕੰਟੈਕਟ ਕਰਦੀ ਆਂ ਵੀ ਦੱਸੋ ਆਪਾਂ ਕਿਵੇਂ ਕਰੀਏ ਔਰ ਉਹ ਇਨਸਾਨ ਹਰ ਵੇਲੇ ਤਿਆਰ ਰਹਿੰਦੇ ਨੇ ਇੱਕ ਅਸੀਂ ਤੁਹਾਡੇ ਬਾਰੇ ਹੋਰ ਗੱਲ ਸੁਣੀ ਹੈ ਵੀ ਤੁਸੀਂ ਭਗਵੰਤ ਮਾਨ ਨਾਲ ਵੀ ਜੁੜਨਾ ਚਾਹੁੰਦੇ ਸੀ ਬਿਲਕੁਲ ਭਗਵੰਤ ਮਾਨ ਮਤਲਬ ਉਹ ਇੱਕ ਇਨਸਾਨ ਇਦਾਂ ਦੇ ਦੇਖੇ ਕੀ ਮੇਰਾ ਮਿਲਣ ਦਾ ਸਬਬ ਨਹੀਂ ਬਣਿਆ ਮੈਂ ਥੋੜਾ ਰਹਿ ਗਈ ਸੀ ਉਸ ਟਾਈਮ ਕਿ ਮੈਂ ਉਹ ਉਹ ਮੇਰੇ ਤੋਂ ਪਹਿਲਾਂ ਜਾ ਚੁੱਕੇ ਸੀ ਮੈਂ ਸੰਗਰੂਰ ਹੀ ਉਹਨਾਂ ਨੂੰ ਮਿਲਣਾ ਸੀ ਇੱਕ ਇਦਾਂ ਦਾ ਇਵੈਂਟ ਸੀਗਾ ਉੱਥੇ ਇਵੈਂਟ ਦੇ ਵਿੱਚ ਅਸੀਂ ਮਿਲੇ ਕਿ ਮੈਂ ਮੇਰੀ ਮੈਂ ਕੁਝ ਬਾਈਬਸ ਜਾਣਾ ਸੀ ਤਾਂ ਮੈਂ ਲੇਟ ਪਹੁੰਚੀ ਇਵੈਂਟ ਤੇ ਤੇ ਉਹ ਮੇਰੇ ਤੋਂ ਪਹਿਲਾਂ ਜਾ ਚੁੱਕੇ ਸੀ ਤੇ ਮੇਰਾ ਉਹ ਰਹਿ ਗਿਆ ਕਿਉਂਕਿ ਮੈਂ ਜੋ ਦੇਖਿਆ ਨਹੀਂ ਉਸ ਇਨਸਾਨ ਦੇ ਵਿੱਚ ਕਿ ਇੱਕ ਸੱਚ ਬੋਲਣ ਦਾ ਜਜ਼ਬਾ ਹੈ ਉਹਨਾਂ ਦੇ ਵਿੱਚ ਉਹ ਸੱਚ ਦੇ ਨਾਲ ਖੜੇ ਨੇ ਚਾਹੇ ਇਹ ਨਹੀਂ ਕਹਿੰਦੇ ਉੱਥੇ ਪਾਰਟੀ ਵਾਜੀ ਆ ਜਾਂਦੀ ਹੈ ਕੁਝ ਹੋ ਜਾਂਦੀ ਹੈ ਕੁਝ ਵੀ ਨਹੀਂ ਤੇ ਉਹ ਇੱਕ ਮਤਲਬ ਜੋ ਬੋਲਣਾ ਸੱਚ ਬੋਲਣਾ ਹੈ ਔਰ ਮੈਂ ਕਹਿੰਦੀ ਹਾਂ ਕਿ ਇੱਕ ਉਹਨਾਂ ਨੇ ਜਦੋਂ ਉਹ ਨਾਰਾ ਲਾਇਆ ਇਨਕਲਾਬ ਉਹ ਭਗਤ ਸਿੰਘ ਜੀ ਨੇ ਲਾਇਆ ਸੀ ਔਰ ਸੈਕਿੰਡ ਇਨਸਾਨ ਇਹ ਨੇ ਜਿਨ੍ਹਾਂ ਨੇ ਇਹ ਨਾਰਾ ਲਾਇਆ ਮਤਲਬ ਉਸ ਤੋਂ ਬੰਦੇ ਦਾ ਪਤਾ ਲੱਗਦਾ ਕਿ ਬੰਦਾ ਕਿੱਥੇ ਸਟੈਂਡ ਕਰਦਾ ਆਪਾਂ ਦੇਖ ਲੈਂਦੇ ਉਹਨਾਂ ਦੇ ਦਿਨ ਪਰ ਦਿਨਾਂ ਦਾ ਜੀ ਉਹਨਾਂ ਨੇ ਇਹ ਹੀ ਕਰਤਾ ਐਂ ਕਰਤਾ ਨਾਥਿੰਗ ਉਸ ਬੰਦੇ ਦੀ ਜਿਹੜੀ ਉਹ ਕੈਪੇਬਿਲਿਟੀ ਦੇਖੋ ਉਸ ਬੰਦੇ ਦੀ ਕੈਪੇਬਿਲਿਟੀ ਦੇਖਣੀ ਚਾਹੀਦੀ ਹੈ ਕਿ ਉਹ ਕਿੱਥੇ ਸਟੈਂਡ ਕਰਦਾ ਹਾਂ ਜਰੂਰ ਹੁਣ ਮੌਕਾ ਮਿਲਿਆ ਤਾਂ ਹੁਣ ਜਰੂਰ ਮਿਲਣਾ ਹੈ ਉਹਨਾਂ ਨੂੰ ਤੇ ਮੈਂ ਇਹੀ ਕਹੂੰਗੀ ਕਿ ਜਿਵੇਂ ਹੁਣ ਆਪਣੇ ਇੱਕਵੇਂ ਜਿਵੇਂ ਹਿਊਮਨ ਰਾਈਟਸ ਦੀ ਜਿਵੇਂ ਮੈਂ ਗੱਲ ਕਰ ਰਹੀ ਹਾਂ ਫੂਡ ਬੈਂਕ ਜਿਹੜਾ ਉਹਨਾਂ ਨੇ ਸ਼ ਦਾ ਮਤਲਬ ਵੀ ਉਹਨਾਂ ਨੇ ਜਿਹੜਾ ਛੋਟੇ ਛੋਟੇ ਸਿਟੀ ਵੀ ਹੈ ਉਹ ਇਦਾਂ ਚੇਂਜ ਲਾਈ ਹੋਈ ਆ ਤਾਂ ਮੇਰੇ ਮਨ ਨੂੰ ਬੜਾ ਸਕੂਨ ਮਿਲਿਆ ਕਿ ਉੱਥੇ ਇੱਚੀ ਚੜੀਦਾ ਆਪਾਂ ਆਪਣੇ ਪੰਜਾਬ 'ਚ ਕਿਉਂ ਨਹੀਂ ਲੱਗ ਕਿ ਪੰਜਾਬ 'ਚ ਤਾਂ ਵੈਸੇ ਹੀ ਇੰਨੀ ਬੇਰੋਜ਼ਗਾਰੀ ਆ ਕਿਸਾਨ ਆਪਣੇ ਇਦਾਂ ਹੋ ਰਹੇ ਨੇ ਤੇ ਮੈਂ ਖੁਦ ਚਾਹੂੰਗੀ ਕਿ ਮੈਂ ਸੀਐਮ ਤੱਕ ਇਹ ਗੱਲ ਪਹੁੰਚਾਵਾਂ ਅਗਰ ਸੀਐਮ ਸਾਹਿਬ ਵੀ ਇਹ ਜ਼ਰੂਰ ਇੰਟਰਵਿਊ ਕਿਤੇ ਬਾਇ ਚਾਂਸ ਦੇਖ ਲੈਣ ਹੈਨਾ ਤੇ ਜ਼ਰੂਰ ਕੰਟੈਕਟ ਕਰਨੀ ਜਾਂ ਮੈਂ ਹੀ ਉਹਨਾਂ ਨੂੰ ਕੰਟੈਕਟ ਕਰਾਂ ਕਿ ਜੀ ਸਾਡੇ ਪੰਜਾਬ 'ਚ ਇਹ ਹਾਲ ਹੈਗਾ ਤਾਂ ਆਪਾਂ ਜੁੜੀਏ ਜੀ ਆਪਾਂ ਵੀ ਜੁੜਨ ਨੂੰ ਤਿਆਰ ਆ ਕਿ ਅਸੀਂ ਕੰਮ ਕਰੀਏ ਆਪਣੇ ਪੰਜਾਬ 'ਚ ਬੇਰੋਜ਼ਗਾਰੀ ਘਟਾਈਏ ਤੇ ਕਿਸਾਨਾਂ ਲਈ ਆਪਾਂ ਕੁਝ ਉਹੀ ਜਾਂ ਜਿੰਨੀ ਮੁਸੀਬਤ ਦੇ ਵਿੱਚ ਤੇ ਆਪਾਂ ਉਹ ਚੀਜ਼ਾਂ ਸਾਰੀਆਂ ਉਹਨਾਂ ਨੂੰ ਲੈ ਕੇ ਚੱਲੀਏ ਤੇ ਜਿਹੜੇ ਜਿੰਨੇ ਵੀ ਬੇਰੋਜ਼ਗਾਰ ਹੈਗੇ ਉਹਨਾਂ ਦਾ ਲਈ ਸੋਚੀਏ ਉਹਨਾਂ ਨੂੰ ਕਾਉਂਸਲਿੰਗ ਕਰੀਏ ਨਸ਼ਿਆਂ ਵੱਲ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਆਪਾਂ ਰੋਕੀਏ ਤੇ ਉਸ ਤੋਂ ਬਾਅਦ ਆਪਾਂ ਦੇਖੀਏ ਕਿ ਜਿੱਥੇ ਫੂਡ ਬੈਂਕ ਦੀ ਜਿਹੜੀ ਚੇਨ ਹੈ ਉਹ ਮੈਂ ਪੰਜਾਬ 'ਚ ਵੀ ਚਲਾਉਣਾ ਚਾਹੁੰਦੀ ਆ ਤੇ ਇਹਦੇ ਵਿੱਚ ਚੇਅਰਮੈਨ ਸਾਹਿਬ ਤਾਂ ਹੈਗੇ ਹੀ ਨਹੀਂ ਹਨਾ ਹਿਊਮਨ ਰਾਈਟ ਦੇ ਜਿਹੜੇ ਹੈਗੇ ਨੇ ਜਰਨੈਲ ਸਿੰਘ ਪੁਟਰ ਚੇਅਰਮੈਨ ਸਾਹਿਬ ਤੇ ਉਹਨਾਂ ਦੇ ਨਾਲ ਹੁਣ ਆਪਣੀ ਛੋਟੇ ਛੋਟੇ ਜਿਵੇਂ ਆਪਾਂ ਹੁਣ ਕਹਿੰਦੇ ਨੇ ਕਿ ਸਿਟੀ ਵਾਈਜ਼ ਜੁੜੇ ਹੈਗੇ ਆ ਤਾਂ ਇਹ ਹੁਣ ਆਪਾਂ ਸੋਚ ਰਹੇ ਹੈਗੇ ਕਿ ਆਪਾਂ ਇਸ ਪਾਸੇ ਨੂੰ ਵੀ ਹੁਣ ਜੁੜੀਏ ਫੂਡ ਚੇਨ ਆਪਾਂ ਚਲਾਏ ਹੁਣ ਜਿਵੇਂ ਮੈਂ ਮੋਹਾਲੀ ਦੇ ਵਿੱਚ ਐ ਤਾਂ ਮੈਂ ਚਾਹਨੀ ਹੈ ਕਿ ਮੈਂ ਮੋਹਾਲੀ ਸਾਰਾ ਦੇਖਾਂ ਕਿ ਮੋਹਾਲੀ ਕੀ ਹੋ ਰਿਹਾ ਹੈ ਨਾ ਪੰਜਾਬ 'ਚ ਜਿੱਦਾਂ ਆਪਾਂ ਅੱਗੇ ਤੋਂ ਅੱਗੇ ਚੇਨ ਸ਼ੁਰੂ ਕਰੀਏ ਇਹ ਜ਼ਰੂਰ ਮੈਂ ਕਹੂੰਗੀ ਸਾਰਿਆਂ ਨੂੰ ਬੇਨਤੀ ਵੀ ਕਰੂੰਗੀ ਕਿ ਸਾਡੇ ਨਾਲ ਜੁੜੋ ਆਪਾਂ ਇਹ ਚੀਜ਼ ਅੱਗੇ ਲੈ ਕੇ ਆਈਏ ਆਪਣੇ ਪੰਜਾਬ ਨੂੰ ਇੱਕ ਵਧੀਆ ਬਣਾਈਏ ਆਪਾਂ ਕਹਿੰਦੇ ਨੇ ਕਿ ਪੰਜਾਬ ਦਾ ਨਾਮ ਥੋੜਾ ਜਿਹਾ ਥੱ ਅਭਿਯਤ ਹੋ ਕਿ ਸਾਡੇ ਚ ਉਹ ਚੀਜ਼ ਅੱਗੇ ਕਿਉਂ ਨਹੀਂ ਆ ਰਹੀ ਹੈ ਜੇ ਜਦੋਂ ਹੋਰਾਂ ਦੇਸ਼ਾਂ ਦੇ ਨਾਲ ਆ ਗਈਆਂ ਤਾਂ ਸਾਡੇ ਪੰਜਾਬ ਦਾ ਕਿਉਂ ਰਹਿ ਜਾਂਦਾ ਪਿੱਛੇ ਉਹ ਚੀਜ਼ ਮੈਂ ਚੌਨੀ ਵੀ ਲੈ ਕੇ ਆਈ ਆ ਆਪਾਂਗੇ ਤੇ ਉਮੀਦ ਕਰਦੇ ਆ ਕਿ ਜਿਹੜਾ ਤੁਹਾਡਾ ਸੁਪਨਾ ਹੈ ਇਹ ਪੂਰਾ ਜ਼ਰੂਰ ਹੋਵੇ ਬਿਲਕੁਲ ਜੀ ਉਹ ਦੁਆਵਾਂ ਜ਼ਰੂਰ ਚਾਹੀਦੀਆਂ ਸਭ ਦੀਆਂ ਕਿ ਇਹ ਸੁਪਨਾ ਜਲਦੀ ਹੀ ਪੂਰਾ ਹੋਵੇ ਤੇ ਸਾਰਾ ਕੁਝ ਆਪਾਂ ਕਰ ਰਹੇ ਹੈਗੇ ਆ ਕਿ ਇਹ ਚੀਜ਼ ਹੋ ਜਾਏ ਤੇ ਜਿਹੜੀ ਆਡੀਅנס ਤੁਹਾਨੂੰ ਦੇਖ ਰਹੀ ਹੈ ਜਾਂਦੇ ਜਾਂਦੇ ਆਡੀਅנס ਨੂੰ ਕੀ ਕਹਿਣਾ ਚਾਹੋਗੇ ਮੈਂ ਸਭ ਨੂੰ ਇਹੀ ਕਹੂੰਗੀ ਜੀ ਕਿ ਵਿਜ਼ਨ ਪੰਜਾਬ ਦੇ ਜਿੰਨੇ ਵੀ ਵਿਊਅਰਸ ਹੈਗੇ ਨੇ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਜਿਸ ਲਈ ਤੇ ਮੈਂ ਚੱਲੀ ਹੈਗੀ ਆਂ ਪਲੀਜ਼ ਮੈਨੂੰ ਤੁਹਾਡਾ ਸਾਥ ਤੇ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਤੇ ਪਲੀਜ਼ ਮੇਰੇ ਨਾਲ ਅਗਰ ਜੁੜਨਾ ਹੈਗਾ ਤੇ ਸਾਥੀ ਫਾਊਂਡੇਸ਼ਨ ਪੇਜ ਤੇ ਆਓ ਉੱਥੇ ਕੰਟੈਕਟ ਨੰਬਰ ਹੈਗਾ ਜੀ ਉੱਥੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਹਿਊਮਨ ਰਾਈਟ ਦਾ ਪੇਜ ਵੀ ਮੈਂ ਤੁਹਾਨੂੰ ਉਹਦਾ ਲਿੰਕ ਵੀ ਮੈਂ ਜਰੂਰ ਐਪੀ ਤੇ ਹੁਣ ਸੈਂਡ ਕਰ ਦੇਣਾ ਤੇ ਪਲੀਜ਼ ਉੱਥੇ ਅਗਰ ਇੱਥੇ ਸਾਥੀ ਫਾਊਂਡੇਸ਼ਨ ਤੇ ਨਹੀਂ ਤਾਂ ਹਿਊਮਨ ਰਾਈਟ ਦੇ ਪੇਜ ਦੇ ਉੱਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤਾਂ ਪਲੀਜ਼ ਇੱਕ ਚੰਗੇ ਰਾਹੇ ਆਪਾਂ ਲੱਗੇ ਆਪਣੇ ਪੰਜਾਬ ਨੂੰ ਆਪਾਂ ਆਪਣੇ ਕਹਿੰਦੇ ਨੇ ਕਿ ਦੇ ਵਿੱਚ ਪੰਜਾਬ ਦਾ ਇੱਕ ਚੰਗਾ ਨਾਂ ਆਪਣਾ ਬਣੇ ਤੇ ਅਸੀਂ ਵੀ ਉਸ ਪੰਜਾਬ ਦੇ ਵਿੱਚ ਰਹਿਨੇ ਆ ਆਪਾਂ ਉਸ ਪੰਜਾਬ ਨੂੰ ਸੁਪਨਾ ਜਿਹੜਾ ਕਹਿੰਦੇ ਨੇ ਉਹ ਪੂਰਾ ਕਰੀਏ ਆਪਣੇ ਪੰਜਾਬ ਦਾ ਧੰਨਵਾਦ ਜੀ ਜੀ ਬਿਲਕੁਲ ਸੇ ਇਹ ਸੀਗੇ ਕਰਨਜੀਤ ਕੌਰ ਜਿਨ੍ਹਾਂ ਨੂੰ ਤੁਸੀਂ ਵੇਖਿਆ ਕਿ ਕਿੰਨਾ ਵਧੀਆ ਉਹ ਕੰਮ ਕਰ ਰਹੇ ਨੇ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਜਨਤਾ ਦੇਖ ਰਹੀ ਆ ਉਹਨਾਂ ਨੂੰ ਵੀ ਇਨਸਪਾਇਰ ਹੋਣ ਉਹ ਵੀ ਇਹ ਸਭ ਦੇਖ ਕੇ ਇਹ ਸਭ ਸੁਣ ਕੇ ਕਿ ਉਹ ਵੀ ਐਦਾਂ ਦਾ ਕੁਝ ਜਿਹੜਾ ਸਾਡਾ ਸਮਾਜ ਹੈ ਉਹਨੂੰ ਸੇਧ ਦੇਣ ਵਾਲਾ ਕੋਈ ਕੰਮ ਕਰਨ ਸੋ ਅੱਜ ਦੇ ਲਈ ਇਨਾ ਹੀ ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਸਾਡੇ ਅਗਲੇ ਸਟਾਰ ਦੇ ਨਾਲ ਜੋ ਕਿ ਲੋਕਾਂ ਦੀ ਜ਼ਿੰਦਗੀਆਂ ਨੂੰ ਸਵਾਰ ਦੇਣੀ ਤਦ ਤੱਕ ਲਈ ਤੁਸੀਂ ਸਾਨੂੰ ਦੇ ਇਜਾਜ਼ਤ ਤੇ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ